ਸੱਜਣਾ ਦਾ ਸਵਾਗਤ ਤੇ ਸਵਾਗਤ ਤੇ ਧੰਨਵਾਦ ਉਹਨਾਂ ਸੱਜਣਾ ਦਾ ਜਿਹੜੇ ਸਾਨੂੰ ਸਾਥ ਸਹਿਯੋਗ ਦੇ ਕੇ ਤੁਹਾਡੇ ਤੱਕ ਸਾਂਝ ਪਾਉਣ ਦੇ ਵਾਸਤੇ ਯਤਨਸ਼ੀਲ ਰੱਖਦੇ ਆ ਤੇ ਕਰਦੇ ਆ। ਵੇਲਾ ਖਬਰਸਾਰ ਦਾ ਪਰਮਵੀਰ ਸਿੰਘ ਬਾੜ ਸਾਹਿਬ ਦੇ ਨਾਲ ਆਪਾਂ ਕਾਲ ਮਿਲਾ ਲਈ ਹੈ ਤੇ ਕੁੰਡੀ ਉਡਾਲੀ ਹੈ, ਗੱਲਬਾਤ ਕਰਾਂਗੇ ਤੇ ਨਾਲ ਹੀ ਸੱਜਣੋਂ ਦੱਸਦਿਆਂ ਕਿ ਬਾਈ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧਵਾਂ ਦੋਨਾਂ ਵਾਲੇ ਸਾਨੂੰ ਸਾਥ ਸਹਿਯੋਗ ਦਿੰਦੇ ਆ, ਸਾਨੂੰ ਨਹੀਂ ਸਾਰਿਆਂ ਨੂੰ ਦਿੰਦੇ ਪੰਜਾਬੀ ਕਮਿਊਨਿਟੀ ਨੂੰ, ਕਿਉਂਕਿ ਜੇ ਇੱਥੇ ਆ ਗਿਆ ਤਾਂ ਪੰਜਾਬੀ ਕਮਿਊਨਿਟੀ ਦੇ ਵਾਸਤੇ ਕੁਛ ਨਾ ਕੁਛ ਚੰਗੀ ਗੱਲ ਤਾਂ ਕਰਕੇ ਜਾਵਾਂਗੇ। ਤੇ ਬਾੜ ਸਾਹਿਬ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਮਿਹਰਬਾਨੀ ਸੁਖਨੈਪ ਜੀ, ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਵਾਲਿਆਂ ਵੱਲੋਂ ਜੀ। ਤੇ ਨਾਲ ਹੀ ਮੈਂ ਸੁਨੇਹਾ ਦੇ ਦਿਆਂ ਜੀ ਅਤੁਲ ਕਪੂਰ ਜੀ ਹੋਰਾਂ ਦਾ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਇਨਫੋਰਮੇਸ਼ਨ ਹੈ, ਕਿਉਂਕਿ ਸਾਰੇ ਅਮਰੀਕਾ ਦੇ ਵਿੱਚ ਉਹ ਕਹਿੰਦੇ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ, ਫੈਮਿਲੀ ਇਮੀਗ੍ਰੇਸ਼ਨ, ਗੁਰੂ ਘਰ ਦੇ ਗ੍ਰੰਥੀਆਂ ਦੇ ਵਾਸਤੇ ਵੀਜ਼ਾ, ਗ੍ਰੀਨ ਕਾਰਡ ਐਪਲੀਕੇਸ਼ਨ, ਇੰਡੀਆ ਦਾ ਵੀਜ਼ਾ, OCI ਤੇ ਪਾਸਪੋਰਟ, ਸਿਟੀਜ਼ਨਸ਼ਿਪ ਐਪਲੀਕੇਸ਼ਨ ਦੀ ਤਿਆਰੀ ਕਰਨੀ ਹੈ ਜਾਂ ਟੈਸਟ ਦੀ ਤਿਆਰੀ ਕਰਨੀ ਹੈ, ਫਿਰ ਤੁਸੀਂ 209-808-2136 ਦੇ ਉੱਤੇ ਕਾਲ ਕਰ ਸਕਦੇ ਹੋ। ਪਰ ਨਾਲ ਇਹ ਵੀ ਸੁਨੇਹਾ ਕਿ ਜੇ ਇੰਡੀਆਨਾ ਦੇ ਵਿੱਚ ਇੰਡੀਅਨਐਪਲਿਸ ਦੇ ਨੇੜੇ ਤੇੜੇ ਸੋਡੀ ਗੱਡੀ ਹੋ ਗਈ ਖਰਾਬ, ਅੜਿੱਕਾ ਪੈ ਗਿਆ ਟਰੱਕ ਨੂੰ, ਘਬਰਾਉਣ ਦੀ ਲੋੜ ਨਹੀਂ, ਜੱਸੀ ਹੋਰਾਂ ਨੂੰ ਕਾਲ ਕਰਿਓ 317-658-0740 317-658-0740। ਇਹ ਕਹਿੰਦੇ ਜੀ CBI ਟਰੱਕ ਰਿਪੇਅਰ ਵਾਲਿਆਂ ਨੇ ਜਿਹੜੇ, ਸਾਡੀ ਇਨਵੈਸਟੀਗੇਸ਼ਨ ਵੀ ਇੰਡੀਆ ਦੀ CBI ਵਰਗੀ ਹੈ, ਊਂ ਬਦਨਾਮ ਨਹੀਂ ਉਹ ਜੇ, ਤੇ ਕਹਿੰਦੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਕਰਦੇ ਆ, 3 ਮਿੰਟ ਲੱਗਦੇ ਨੇ ਐਗਜਿਟ 4 ਤੋਂ, 465 ਦੇ ਉੱਤੇ ਜਿਹੜਾ ਐਗਜਿਟ 4 ਆ ਉੱਥੋਂ ਸਿਰਫ 3 ਮਿੰਟ ਦੀ ਡਰਾਈਵ ਹੈ, ਫਲਾਇੰਗ ਜੇ ਦੇ ਨੇੜੇ ਹੈ, ਇਸ ਕਰਕੇ ਸੌਖਾ। ਊਂ ਕਹਿੰਦੇ ਜੇ ਕਿਤੇ ਅੜਿੱਕਾ 100 ਕਿਲੋਮੀਟਰ ਦੇ ਨੇੜੇ ਤੇੜੇ ਵੀ ਲੱਗ ਗਿਆ ਇੰਡੀ ਸ਼ਹਿਰ ਦੇ, ਤੇ ਫਿਰ ਲੋਕੇਸ਼ਨ ਦੇ ਉੱਤੇ ਆ ਕੇ ਵੀ ਠੀਕ ਕਰ ਦਿੰਦੇ, ਸੋ ਵੱਡੇ ਤੇ ਛੋਟੇ ਟਰੱਕ ਠੀਕ ਕਰਾਉਣ ਦੇ ਵਾਸਤੇ ਇਹਨਾਂ ਦੇ ਨਾਲ ਵੀ ਤਾਲਮੇਲ ਕਰ ਸਕਦੇ ਹੋ। ਵਟਸਐਪ ਆਪਣੇ ਕੋਲ ਤਾਂ ਕਾਰਾਂ ਨੇ ਜੀ, ਆਪਾਂ ਤਾਂ ਫਿਰ ਇੰਡੀਆ ਤੋਂ ਹੀ ਠੀਕ ਕਰਾਉਣੀਆਂ, ਔਰ ਕਾਰਾਂ ਚੱਲਦੀਆਂ ਰਹਿਣ, ਇਸ ਕਰਕੇ ਖਬਰਾਂ ਲਾਜ਼ਮੀ ਨੇ। ਤੇ ਖਬਰਾਂ ਦੇ ਵਿੱਚੋਂ ਖਬਰ ਹੈ ਜਿਹੜੀ ਆਪਾਂ ਪਹਿਲਾਂ ਇਹ ਕਰੀਏ, ਖੇਡ ਖੇਤਰ ਕਿਤੇ ਸੋਕਾ ਤੇ ਕਿਤੇ ਡੋਬਾ, ਨਾਲ ਕੁਛ ਮਨਹੂਸ ਖਬਰਾਂ। ਸੁਖਨੈਪ ਜੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸਭ ਤੋਂ ਪਹਿਲਾਂ ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਜੀ। ਏਸ਼ੀਆਈ ਖੇਡਾਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਖਿਡਾਰੀ ਗਏ, ਹਰਿਆਣੇ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਖਿਡਾਰੀ ਦਲ ਉਹ ਪੰਜਾਬ ਦਾ ਸੀ, ਤੇ ਪੰਜਾਬ ਦੇ ਖਿਡਾਰੀ ਦਲ ਨੇ ਵਿਅਕਤੀਗਤ ਖੇਡਾਂ ਦੇ ਵਿੱਚ ਸਿਰਫ ਇੱਕ ਗੋਲਡ ਮੈਡਲ ਜਿੱਤਿਆ, ਤੇ ਉਹ ਜਿੱਤਿਆ ਤੇਜਿੰਦਰਪਾਲ ਸਿੰਘ ਤੂਰ ਨੇ ਜੀ। ਗੋਲਾ ਸੁੱਟਿਆ ਰਿਕਾਰਡ ਵੀ ਕਾਇਮ ਕੀਤਾ, ਗੋਲਡ ਮੈਡਲ ਵੀ ਜਿੱਤਿਆ। ਹੁਣ ਇਹ ਜਿਹੜਾ ਗੋਲਡ ਮੈਡਲ ਜਿੱਤਿਆ, ਇਹ ਤੇਜਿੰਦਰਪਾਲ ਸਿੰਘ ਤੂਰ ਜਦੋਂ ਗੋਲਾ ਉੱਥੇ ਸੁੱਟਦਾ ਸੀ ਤਾਂ ਮਨ ਦੇ ਵਿੱਚ ਭਾਵ ਇੱਕ ਹੀ ਨਹੀਂ ਸੀ, ਦਬਾਅ ਤੇ ਪ੍ਰੈਸ਼ਰ ਕੇਵਲ ਜਿੱਤ ਦਾ ਨਹੀਂ ਸੀ ਜੀ। ਜਦੋਂ ਬਾਪੂ ਘਰ ਦੇ ਵਿੱਚ ਮੰਜੇ ਤੇ ਪਿਆ ਹੋਵੇ ਤੇ ਕੈਂਸਰ ਵਰਗੀ ਨਾਮਰਾਦ ਬਿਮਾਰੀ ਹੋਵੇ, ਜਦੋਂ 6 ਮਹੀਨੇ ਹੋ ਗਏ ਹੁਣ ਬਾਪੂ ਦਾ ਮੂੰਹ ਬਿਨਾਂ ਤੱਕਿਆ ਹੋਵੇ ਤੇ ਪਤਾ ਲੱਗਦਾ ਰਿਹਾ ਹੋਵੇ ਕਿ ਭਾਈ 4 ਦਿਨ ਹਸਪਤਾਲ ਤੇ 4 ਦਿਨ ਬਾਪੂ ਘਰੇ ਰਹਿੰਦਾ ਜੀ, ਤੇ ਵੈਸੇ ਵੀ ਐਸੀ ਨਾਮਰਾਦ ਬਿਮਾਰੀ ਹੈ ਜਿਸ ਬਿਮਾਰੀ ਦੇ ਕਰਕੇ ਅਕਸਰ ਤੁਹਾਨੂੰ ਝੋਲਾ ਜਿਹਾ ਪੈਂਦਾ ਰਹਿੰਦਾ ਕਿ ਅੱਜ ਵੀ ਕੋਈ ਮਨਹੂਸ ਖਬਰ ਆਈ ਤੇ ਅੱਜ ਵੀ ਆਈ। ਚਲੋ ਇਸ ਸਾਰੀ ਸਥਿਤੀ ਦੇ ਵਿੱਚੋਂ ਨਿਕਲਦਿਆਂ ਤੇਜਿੰਦਰਪਾਲ ਸਿੰਘ ਤੂਰ ਏਸ਼ੀਆਈ ਖੇਡਾਂ ਦੇ ਵਿੱਚੋਂ ਗੋਲਡ ਮੈਡਲ ਜਿੱਤ ਗਿਆ, ਤੇ ਜਦੋਂ ਗੋਲਡ ਮੈਡਲ ਜਿੱਤਿਆ ਦੇਖੋ ਕਿੰਨੇ ਇਤਿਹਾਸਕ ਪਲ ਹੋਣਗੇ। ਬਾਪ TV ਦੇ ਮੂਹਰੇ ਬੈਠਾ, ਸਾਰਾ ਟੱਬਰ ਨਾਲ ਬੈਠਾ, ਤੇ ਉਦੋਂ ਵੇਖਿਆ ਹੋਏਗਾ ਕਿ ਭਾਈ ਉਹ ਮੁੰਡੇ ਨੇ ਮਾਰਿਆ ਚੱਕ ਕੇ ਗੋਲਾ ਤੇ ਮੈਡਲ ਵੀ ਜਿੱਤ ਲਿਆ ਤੇ ਰਿਕਾਰਡ ਵੀ ਕਾਇਮ ਕਰ ਲਿਆ, ਲੱਡੂ ਵੀ ਖਾਧੇ, ਗੁਆਂਢੀਆਂ ਨੂੰ ਖੁਆਏ ਵੀ, ਤੇ ਪਿਛਲੇ 4-5 ਦਿਨਾਂ ਦੇ ਵਿੱਚ ਲਗਾਤਾਰ ਵਧਾਈ ਦੇਣ ਵਾਲਿਆਂ ਦਾ ਤਨਤਾ ਲੱਗ ਰਿਹਾ ਜੀ। ਚਲੋ 6 ਮਹੀਨੇ ਹੋ ਗਏ ਸੀ ਤੇਜਿੰਦਰਪਾਲ ਤਿਆਰੀਆਂ ਚ ਲੱਗਿਆ ਸੀ, ਬਾਪੂ ਭਾਵੇਂ ਬਿਮਾਰ ਸੀ ਪਰ ਇੱਕ ਵਾਰੀ ਨੇ ਵੀ ਨਹੀਂ ਕਿਹਾ ਕਿ ਪੁੱਤ ਭਾਈ ਇੱਕ ਵਾਰੀ ਆ ਕੇ ਮਿਲ ਜਾ, ਕਿਉਂਕਿ ਪਤਾ ਸੀ ਕਿ ਭਾਈ ਈਵੈਂਟ ਵੱਡਾ, ਤਿਆਰੀ ਵੀ ਵੱਡੀ ਚਾਹੀਦੀ ਹੈ ਜੀ, ਤੇ ਪੁੱਤ ਨੂੰ ਵੀ ਥੋੜਾ ਜਿਹਾ ਧਰਵਾਸ ਸੀ ਕਿ ਬਾਪੂ ਭਾਈ ਹੌਸਲੇ ਵਾਲਾ। ਉਧਰੋਂ ਤੇਜਿੰਦਰਪਾਲ ਭਾਰਤ ਦੇ ਲਈ ਜਹਾਜ਼ ਦੇ ਵਿੱਚ ਬੈਠਦਾ, ਦਿੱਲੀ ਆ ਕੇ ਉਤਰਦਾ, ਘਰੇ ਘੰਟੀ ਮਾਰਦਾ, ਫੋਨ ਖੜਕਾਉਂਦਾ ਹੈ ਤੇ ਪਰਿਵਾਰ ਨੂੰ ਕਹਿੰਦਾ ਮੈਂ ਅੱਜ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ, ਬਾਕੀ ਜਿਹੜੇ ਜੇਤੂ ਖਿਡਾਰੀ ਨੇ ਉਹਨਾਂ ਦੇ ਨਾਲ, ਇਸ ਕਰਕੇ ਕੱਲ ਸਵੇਰੇ ਤੁਹਾਡੇ ਕੋਲੇ ਜੀ। ਅਜੇ 2-2.5 ਘੰਟੇ ਬੀਤੇ ਸੀ ਕਿ ਨਾਲ ਹੀ ਖਬਰਾਂ ਉਹਦੇ ਤੇ ਪਹੁੰਚ ਗਈਆਂ ਕਿ ਭਾਈ ਬਾਪੂ ਹੁਣ ਦੁਨੀਆਂ ਤੇ ਰਿਹਾ ਨਹੀਂ। ਉਹ ਦੇਖੋ 6 ਮਹੀਨੇ ਪੁੱਤ ਪ੍ਰੈਕਟਿਸ ਕਰਦਾ ਰਿਹਾ, ਬਾਪੂ ਜਿਉਂਦਾ ਰਿਹਾ, ਪੁੱਤ ਨੇ ਗੋਲਡ ਮੈਡਲ ਵਿਦੇਸ਼ੀ ਧਰਤੀ ਤੇ ਜਿੱਤਿਆ, ਬਾਪੂ ਜਿਉਂਦਾ ਰਿਹਾ, ਪੁੱਤ ਵਾਪਸ ਭਾਰਤ ਦੀ ਧਰਤੀ ਤੇ ਵੀ ਆ ਗਿਆ, ਤੇ ਵੀ ਕਹਿਤਾ ਕਿ 1 ਘੰਟੇ ਹੁਣ 24 ਰੁਕ ਜਾਓ, ਬਾਪੂ ਆ ਕੇ ਤੇਰੇ ਗੱਲ ਦੇ ਨਾਲ ਲੱਗਦਾ ਬਾਪੂ ਜਿਉਂਦਾ ਰਿਹਾ, ਪਰ ਤੁਰੰਤ ਬਾਅਦ ਹੁਣ ਬਾਪੂ ਦੀ ਮੌਤ ਹੋ ਗਈ। ਆਖਰੀ ਸਮੇਂ ਦੇ ਉੱਤੇ ਦੋਵੇਂ ਪਿਓ ਪੁੱਤ ਜਿਉਂਦੇ ਇੱਕ ਦੂਜੇ ਨੂੰ ਮਿਲ ਨਹੀਂ ਸਕੇ, ਹਾਲਾਂਕਿ ਪੁੱਤ ਦੀ ਪ੍ਰਾਪਤੀ ਏਡੀ ਵੱਡੀ ਹੈ, ਮੈਨੂੰ ਲੱਗਦਾ ਸੀ ਕਿ ਬਾਪੂ ਨੇ 2-2.5 ਸਾਲ ਹੁਣ ਐਵੇਂ ਹੀ ਕਰ ਜਾਣੇ ਆ, ਤੇ ਅੱਜ
एक बार फिर उन्होंने घर लोगों के पैरों के खड़ाक ने एक पासे चप्पल जुत्तियां उतरिया पे तरीके लोगों का इकट्ठ है, पर अज वधाई देने दे नहीं अज अफसोस करने लिए है। चार पांच दिन तो जिहड़े घर खुशियां खेड़े से अज उस घर सत्थर विछे हुए ने। इस दुख की घड़ी के मैं लगता वैसे तो दुनिया भर जिथे जिथे भी कोई पंजाबी या खेड प्रेमी बैठा है तो जिंदरपाल सिंह टूर के दुख के सारे शरीक होंगे, पर उम्मीद करनी है बनती है कि सानू थां थां दे उत्ते तजिंदरपाल सिंह टूर चाहिए है, सानू थां थां दे उत्ते उहदे बापू वर्गे बापू चाहिए है जिहड़े कि अपने पुत्तां नूं हौसला देण, क्योंकि यह मौका उहो जिहा है जदों पंजाब दे गभरूआं दीआं नाड़ां दे विच्चों टीके सानू आप कढ़ने पैंदे आ कि भाई संस्कार करन तों पहलां टीका तो उहदी नाड़ दे विच्चों कढ दईए। ते उस मौके ते जे तजिंदरपाल सिंह टूर भी पंजाब च हैगा उहदे बापू वर्गे हौसले वाला बंदा भी हैगा, इहदा मतलब है कि किते ना किते आस अजे बाकी है। बाकी खिडारी दे दुख दी असीं थाह पा नहीं सकदे, दुख दे विच शरीक होण दी ही गल कर सकदे आ जी। दूसरे पासे सुखनैब जी डोबे ते सोके दी गल, एशियाई खेडां समाप्त हो गईआं, खिडारी भारत वापस परत आए, जेतूआं नूं वधाईआं मिल रहीआं, जिहड़े जित नहीं सके उन्होंने दुबारा मुठियां घुट ते मीच मीच के अगले चार वरिआं दे लई अहद लैणे शुरू करते कि भई ऐतकी ना सही अगली वारी जदों परतना तां मेरा शुमार भी उहनां दे विच होणा चाहीदा जिन्हां दे गलां दे विच अज एयरपोर्ट दे उत्ते हार पए ने, जिन्हां दे नाल प्रधानमंत्री नरेंद्र मोदी साहब ने तस्वीरां खिचाईआं ते जिन्हां नूं वधाईआं दित्तीआं। पर इत्थे सब तो महत्वपूर्ण गल जिहदा आपां जिक्र सुखनैब जी रेडियो चन प्रतेसी ते बार बार करदे आ कि अंतरराष्ट्रीय मुकाबलियां दे विच असीं भारत नूं मैडल टैली दे विचों हेठां तो क्यों वेखण लगदे आ जी। ओलंपिक खेडां होण, कोई होर खेडां होण, कॉमनवैल्थ खेडां होण, असीं हमेशा भारत नूं उपरों नहीं लभना शुरू करदे, थल्लेओं लभदे आ कि भाई साढ़े पंजां सत्तां दसां वीआं दे विच ही होणा। कारण की रहा एशियाई खेडां दे जेतू खिडारियां नूं जिन्ने उहनां दे सूबिआं दे विच्चों इनाम मिलने आ उही दस दिंदे आ कि असल विच कारण की है। देखो एक गल तां स्पष्ट हो गई कि भारत दे कोल राष्ट्री पद्धर दी कोई खेड नीति नहीं जी। भारत दे कोल देश भर दे विच एक तरह दे निजम नहीं, एक तरह की इनाम नीति नहीं, एक तरह की खिडारियां नूं प्रवास देण दी नीति नहीं। हैरानी दी गल है पंजाब सूबा जिस थां दे उत्ते इस वेले स्थित है, हरियाणा साढ़े बिल्कुल नाल लगदा जी। सुखनैब जी जिहड़ा खिडारी हरियाणे का गोल्ड मैडल लैके आ गया हरियाणे वाले ने 3 करोड़ रुपये की बाछड़ करनी है, साढ़े दूसरे पासे हिमाचल लगता, हरियाणे नाल भी लगता हिमाचल, वह हिमाचल प्रदेश का जे कोई खिडारी गोल्ड मैडल लैके आ तो उन्हें रुपया मिलना 1 लख, उही खेडा उन्ना ही सख्त मुकाबला उही प्रोसीजर उही प्रक्रिया, पर जे हरियाणे वाला जित के आ गया रुपया 3 करोड़, जे हिमाचल प्रदेश का खिडारी जित के आ गया तो रुपया 1 लख। हुण पंजाब दे एक पासे डोबा ते दूजे पासे सोका, ये बड़ी अजीब गल है। हुण आपां पूरा अगे नूं चले जाइए, असाम वाले 50 लख दिंदे आ, गुजरात ते महाराष्ट्र बिल्कुल नाल नाल लगदे सूबे आ, इक्को भारतीय जनता पार्टी दीआं दोवां सूबिआं च सरकारां, गुजरात वाले एशियाई खेडां दे विच जित के आउण वाले नूं 2 करोड़ दिंदे, महाराष्ट्र वाले 10 लख दिंदे आ, बड़ी अजीब गल है। दिल्ली वाले 1 करोड़ दिंदे आ, मिजोरम वाले 8 लख दिंदे आ, पंजाब वाले 26 लख दिंदे आ, बिहार वाले 1 करोड़ दिंदे आ, राजस्थान वाले 30 लख दिंदे आ, मेघालय वाले 1 करोड़ दिंदे आ, इत्थों तक कि आंध्र प्रदेश वाले भी 30 लख दिंदे आ, अरुणाचल वाले कहिंदे 1 करोड़ रुपया तुसीं गोल्ड मैडल जित के आओ असीं जदों मर्जी दिंदे आ। इत्थों ही बस नहीं, जे हरियाणे का कोई खिडारी गोल्ड मैडल लैके आउंदा क्लास 1 दी नौकरी 30 दिनां दे विच विच पक्की, असाम वाले क्लास 2 दी नौकरी दिंदे आ, गुजरात वाले क्लास 1 दी दिंदे गोल्ड मैडल वाले नूं, महाराष्ट्र वाले कहिंदे योग्यता दे मुताबिक देहांगे। हुण जिहड़ा बंदा अद्धी दुनिया जित के आ गया उहदी योग्यता हुण तुसीं होर की वेखणी है, तुसीं माड़ा मोटा कोई क्राइटीरिया सैट करा दिओ। जे कोई बंदा तुसीं रेलवे ते लाउंदे रेलवे च लाउंदे आ तुसीं कहिंदा उत्थों टिकटां कटाउणियां हैगा तां उहने खेडणा ही है। जे तुहाडियां तनखाहां वधाउण दे लई, तुहाडे भत्ते वधाउण दे लई, तुहाडियां सुख सहूलतां वधाउण दे लई साडियां विधान सभावां ते लोक सभावां दे विच कानून तब्दील हो सकदे तां खिडारियां लई भी हो सकदे। हैरानी दी गल इह भी है, मसला इत्थे तक सीमित नहीं, इस वेले सिर्फ ते सिर्फ 30 दे विचों 4 सूबे ही सुखनैब जी ऐसे ने जिन्हां सूबिआं दे विच इस गल दा कानूनी तौर ते प्रबंध है कि जे कोई मैडल जित के आउंदा है उहनूं कैश भी दित्ता जाऊगा ते नौकरी भी दित्ती जाऊगी।
ਜੀ, ਪਰ ਦੋ ਸੂਬੇ ਐਸੇ ਨੇ ਜਿਹਦੇ ਵਿੱਚ ਕਹਿੰਦੇ ਕੈਸ਼ ਕੁਛ ਤਾਂ ਮਿਲਣਾ ਕੋਈ ਨੀ, ਕਿਰਾਇਆ ਭਾੜਾ ਆਪ ਖਰਚ ਕੇ ਆਓ, ਨੌਕਰੀ ਤੁਹਾਨੂੰ ਦੇਖਦੇ ਹਾਂ ਕੋਈ ਨਾ ਕੋਈ ਦੇ ਦਿਆਂਗੇ। 15 ਸੂਬੇ ਐਸੇ ਨੇ ਜਿੱਥੇ ਕਹਿੰਦੇ ਨੌਕਰੀ ਨੁਕਰੀ ਕੋਈ ਨੀ ਮਿਲਣੀ, ਤੁਹਾਨੂੰ ਥੋੜਾ ਬਹੁਤ ਇਨਾਮ ਜਿੰਨਾ ਕੁ ਸਰਦਾ ਬਣਦਾ ਓਨਾ ਜ਼ਰੂਰ ਦੇ ਦਿਆਂਗੇ। ਤੇ ਕਈ ਸੂਬੇ ਐਸੇ ਵੀ ਹੈਗੇ ਆ ਜਿਨ੍ਹਾਂ ਸੂਬਿਆਂ ਨੇ ਅਜੇ ਤੱਕ ਨਾ ਤਾਂ ਕੈਸ਼ ਪ੍ਰਾਈਜ਼ ਦੇਣ ਦਾ ਕੋਈ ਐਲਾਨ ਕੀਤਾ, ਨਾ ਕੋਈ ਨੀਤੀ ਹੈਗੀ ਹੈ, ਤੇ ਨਾ ਉਹਨਾਂ ਦੇ ਕੋਲ ਸਰਕਾਰੀ ਨੌਕਰੀ ਦੇਣ ਦੀ ਹੀ ਕੋਈ ਨੀਤੀ ਹੈ। ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਸਾਰਿਆਂ ਨੇ ਨੌਕਰੀ ਦਾ ਪ੍ਰਬੰਧ ਹੈਗਾ, ਪੈਸੇ ਦਾ ਪ੍ਰਬੰਧ ਕੋਈ ਨੀ। ਕਰਨਾਟਕ ਦੇ ਵਿੱਚ ਨੌਕਰੀ ਦੇਣ ਦਾ ਪ੍ਰਬੰਧ ਹੈਗਾ, ਪੈਸੇ ਦਾ ਪ੍ਰਬੰਧ ਕੋਈ ਨੀ। 10 ਸੂਬਿਆਂ ਦੇ ਵਿੱਚ ਕੈਸ਼ ਪ੍ਰਾਈਜ਼ ਹੈਗਾ, ਜੌਬ ਕੋਈ ਨੀ। ਉੱਤਰਾਖੰਡ, ਮਣੀਪੁਰ, ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤ੍ਰਿਪੁਰਾ, ਸਿੱਕਮ, ਕਸ਼ਮੀਰ, ਜੰਮੂ, ਗੋਆ, ਨਾਗਾਲੈਂਡ, ਇਹ ਸਾਰੇ ਸੂਬੇ ਜਿਹੜੇ ਨੇ ਇਹਨਾਂ ਸੂਬਿਆਂ ਦੇ ਵਿੱਚ ਤੁਹਾਨੂੰ ਥੋੜਾ ਬਹੁਤ ਨਕਦਨਾਮਾ ਦਿੱਤਾ ਜਾਂਦਾ, ਪਰ ਤੁਹਾਨੂੰ ਨੌਕਰੀ ਨਹੀਂ ਦਿੱਤੀ ਜਾਂਦੀ। ਤੁਸੀਂ ਰਹਿਣਾ ਬੇਰੁਜ਼ਗਾਰ ਦੇ ਬੇਰੁਜ਼ਗਾਰ ਆ, ਭਾਵੇਂ ਸਾਰੀ ਦੁਨੀਆਂ ਦੀ ਜਿਹੜੀ ਆ ਖੇਡਾਂ ਦੀ ਜੰਗ ਤੁਸੀਂ ਜਿੱਤ ਕੇ ਵਾਪਸ ਆ ਜਾਓ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਹੈਪਟਾਥਲਾਨ ਦੇ ਵਿੱਚ ਗੋਲਡ ਮੈਡਲ ਜਿੱਤਿਆ ਬੰਗਾਲ ਦੀ ਸਵਪਨਾ ਬਰਮਨ ਨੇ। ਉਹ ਲੜਕੀ ਜਿਹੜੀ ਹੈ ਨੈਸ਼ਨਲ ਜਿੱਤਦੀ ਰਹੀ, ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਜਿੱਤਿਆ, ਪਰ ਕਦੇ ਵੀ ਕਿਸੇ ਨੇ ਉਹਦੀ ਮਾਲੀ ਮਦਦ ਨਹੀਂ ਸੀ ਕੀਤੀ। ਉਹਦੀ ਇੱਕੋ ਇੱਕ ਸਮੱਸਿਆ ਹੈ ਕਿ ਉਹਦੀਆਂ ਉਂਗਲਾਂ 6 ਨੇ, ਉਹਦੇ ਨਾਪ ਦੇ ਬੂਟ ਨਹੀਂ ਮਿਲਦੇ। ਉਹ ਸਾਰੇ ਪਹਿਲੇ ਆਪਣੇ ਖੇਡ ਦਾ ਪੰਧ ਏਸ਼ੀਆਈ ਖੇਡਾਂ ਤੱਕ ਜਾਣ ਤੋਂ ਪਹਿਲਾਂ ਨੰਗੇ ਪੈਰੀਂ ਦੌੜਦੀ ਰਹੀ, ਕਿਉਂਕਿ ਪਰਿਵਾਰ ਦੀ ਆਮਦਨ ਘੱਟ ਸੀ ਤੇ ਆਮਦਨ ਘੱਟ ਹੋਣ ਦੇ ਕਰਕੇ ਆਪਣੇ ਬਾਪੂ ਨੂੰ ਕਹਿ ਨਹੀਂ ਸੀ ਸਕਦੀ ਕਿ ਮੈਨੂੰ ਤੂੰ ਸਾਈ ਤੇ ਜੁੱਤੇ ਬਣਾ ਦੇ। ਹੁਣ ਜਦੋਂ ਉਹ ਏਸ਼ੀਆਈ ਖੇਡਾਂ ਦੇ ਵਿੱਚ ਗੋਲਡ ਮੈਡਲ ਜਿੱਤੀ ਆ, ਤਾਂ ਉਹ ਕਹਿੰਦੀ ਸਭ ਤੋਂ ਪਹਿਲਾਂ ਤਾਂ ਮੈਂ ਬੂਟ ਹੀ ਖਰੀਦੂ, ਜਿਹਦੇ ਨਾਲ ਘੱਟੋ ਘੱਟ ਮੈਨੂੰ ਹੁਣ ਨੰਗੇ ਪੈਰੀਂ ਨਾ ਦੌੜਨਾ ਪਊ। ਦੂਸਰੇ ਪਾਸੇ ਹੁਣ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਕੇਂਦਰ ਸਰਕਾਰ 30 ਲੱਖ ਰੁਪਈਆ ਦਿੰਦਾ ਏਸ਼ੀਆਈ ਖੇਡਾਂ ਦੇ ਵਿੱਚ ਜੇਤੂ ਲਈ, ਤੇ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਦੇ ਕਈ ਵੱਡੇ ਵੱਡੇ MP ਤੇ MLA ਜਿਹੜੇ ਲੀਡਰ ਨੇ, ਮੰਤਰੀ ਨੇ, ਆਫਿਸਰ ਨੇ 30-30 ਲੱਖ ਰੁਪਈਆ ਇੱਕ ਆਪਣੀ ਵਿਦੇਸ਼ ਪੇਰੀ ਦੇ ਉੱਤੇ ਖਰਚ ਕੇ ਆ ਜਾਂਦੇ ਹੋਣੇ ਆ। ਦੇਖੋ, ਜੇ ਤਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਮੈਡਲ ਟੈਲੀ ਨੂੰ ਹੇਠਾਂ ਵੱਲੋਂ ਵੇਖਣਾ, ਫਿਰ ਜੋ ਮਰਜ਼ੀ ਕਰੀ ਜਾਓ, ਪਰ ਜੇ ਮੈਡਲ ਟੈਲੀ ਨੂੰ ਉੱਪਰ ਵੱਲੋਂ ਵੇਖਣ ਦਾ ਕੋਈ ਮਾੜਾ ਮੋਟਾ ਜੁਗਾੜ ਲਾਉਣਾ ਹੈ, ਤਾਂ ਕਿਤੇ ਨਾ ਕਿਤੇ ਖੇਡਾਂ ਦੇ ਖੇਤਰ ਦੇ ਵਿੱਚ ਇਹ ਜਿਹੜਾ ਅਸਾਵਾਂਪਣ ਹੈ ਉਹਨੂੰ ਦੂਰ ਕਰਨਾ ਹੋਏਗਾ। ਕੇਰਲ ਦਾ ਇੱਕ ਸਾਡਾ ਪਲੇਅਰ ਹੈ ਜਿਨਸਨ ਜੌਨਸਨ, ਉਹਨੇ 2 ਮੈਡਲ ਜਿੱਤੇ, ਇੱਕ ਗੋਲਡ ਮੈਡਲ ਜਿੱਤਿਆ ਤੇ ਇੱਕ ਉਹਨੇ ਸਿਲਵਰ ਮੈਡਲ ਜਿੱਤਿਆ। ਉਹ ਕੇਰਲਾ ਦਾ ਖਿਡਾਰੀ ਹੈ, ਇਸ ਕਰਕੇ ਉਹਨੂੰ 60 ਲੱਖ ਰੁਪਈਆ ਮਿਲਣਾ। ਪਰ ਜੇ ਇਹੀ ਜੌਨਸਨ ਹਰਿਆਣੇ ਵੱਲੋਂ ਖੇਡਿਆ ਹੁੰਦਾ ਤਾਂ ਉਹਨੂੰ 4.5 ਕਰੋੜ ਰੁਪਈਆ ਮਿਲਣਾ ਸੀ, 3.9 ਕਰੋੜ ਦਾ ਘਾਟਾ ਉਹਨੂੰ ਜਿੱਤਣ ਦੇ ਬਾਵਜੂਦ ਸਿਰਫ ਇਸ ਕਰਕੇ ਪੈ ਗਿਆ ਕਿਉਂਕਿ ਉਹ ਹਰਿਆਣੇ ਵੱਲੋਂ ਨਹੀਂ ਕੇਰਲਾ ਵੱਲੋਂ ਖੇਡਦਾ। ਸੋ ਜੇ ਤਾਂ ਸਰਕਾਰਾਂ ਇੱਧਰਲੇ ਪਾਸੇ ਮਾੜਾ ਮੋਟਾ ਧਿਆਨ ਦੇਣ ਤਾਂ ਠੀਕ ਹੈ। ਹਾਂ, ਕਈ ਬੰਦੇ ਕਹਿ ਸਕਦੇ ਜੇ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਕੇਂਦਰ ਕੀ ਕਰੇ। ਕੇਂਦਰ ਜੇ ਸੂਬਿਆਂ ਦੀਆਂ ਸਰਕਾਰਾਂ ਤੋੜ ਸਕਦੀ ਹੈ, ਕੇਂਦਰ ਜੇ ਸੂਬਿਆਂ ਦੇ ਵਿੱਚ ਰਾਸ਼ਟਰਪਤੀ ਰਾਜ ਲਾ ਸਕਦੀ ਹੈ, ਤਾਂ ਕੀ ਖਿਡਾਰੀਆਂ ਨੂੰ ਉਤਸ਼ਾਹ ਦੇਣ ਦੇ ਲਈ ਕੇਂਦਰ ਸਰਕਾਰ ਮਾੜਾ ਮੋਟਾ ਦਖਲ ਅੰਦਾਜ਼ੀ ਵਾਲਾ ਪ੍ਰੋਸੀਜਰ ਨਹੀਂ ਕਰ ਸਕਦੀ? ਜੇ GST ਦੇ ਰਾਹੀਂ ਸਾਰਾ ਟੈਕਸ ਦਾ ਪੈਸਾ ਜਿਹੜਾ ਪਹਿਲਾਂ ਸੂਬਿਆਂ ਦੇ ਰਾਹੀਂ ਕੇਂਦਰ ਕੋਲ ਜਾਂਦਾ ਸੀ, ਜੇ ਕੇਂਦਰ ਵਾਲੇ ਸਿੱਧੇ ਆਪਣੇ ਕੋਲ ਲਿਜਾ ਸਕਦੇ ਆ, ਤਾਂ ਖਿਡਾਰੀਆਂ ਨੂੰ 4 ਪੈਸੇ ਤੇ ਖਿਡਾਰੀਆਂ ਨੂੰ ਰੁਜ਼ਗਾਰ ਤੇ ਖਿਡਾਰੀਆਂ ਦਾ ਫਿਊਚਰ ਸਿਕਿਓਰ ਕਰਨ ਵਾਲੀ ਕੋਈ ਸਕੀਮ ਧੱਕੇ ਨਾਲ ਲਾਗੂ ਨਹੀਂ ਕਰਾ ਸਕਦੀ? ਸੋ ਕਿਤੇ ਨਾ ਕਿਤੇ ਸਾਨੂੰ ਸੋਚਣਾ ਵਿਚਾਰਨਾ ਪਏਗਾ ਕਿ ਆਖਿਰਕਾਰ ਅਸੀਂ ਚੀਨ ਤੋਂ ਪਿੱਛੇ ਕਿਉਂ, ਜਾਪਾਨ ਤੋਂ ਪਿੱਛੇ ਕਿਉਂ, ਕੋਰੀਆ ਤੇ ਇੰਡੋਨੇਸ਼ੀਆ ਤੋਂ ਵੀ ਪਿੱਛੇ ਕਿਉਂ। ਜੀ, ਵਟਸਐਪ ਲੋਕ ਸਭਾ ਚੋਣਾਂ ਲਈ ਟਿਕਟਾਂ ਦੇ ਦਾਅਵੇਦਾਰਾਂ ਨੇ ਤਿਆਰੀਆਂ ਕਰ ਲਈਆਂ ਜੀ ਪੂਰੀਆਂ? ਫਿਰ ਸੁਖਨਾਬ ਜੀ, ਇਸ ਵੇਲੇ ਤਾਂ ਬਿਲਕੁਲ ਤਿਆਰੀਆਂ ਸਿਖਰਾਂ ਤੇ ਆ ਜੀ। ਜਾਖੜ ਸਾਹਿਬ ਪਹਿਲਾਂ 2 ਵਾਰੀ ਲੋਕ ਸਭਾ ਦੀ ਚੋਣ ਹਾਰ ਗਿਆ ਸੀ ਜਦੋਂ ਆਪਣੇ ਹਲਕੇ ਚੋਂ ਲੜਦੇ ਸੀ। ਐਤਕੀ ਗੁਰਦਾਸਪੁਰ ਵਾਲਿਆਂ ਨੇ 1,93,000 ਦੇ ਨਾਲ ਜਿਤਾ ਕੇ ਲੋਕ ਸਭਾ ਚ ਭੇਜਤਾ। ਇਲੈਕਸ਼ਨ ਸਿਰ ਤੇ ਖੜੀ ਹੈ। ਜਾਖੜ ਸਾਹਿਬ ਗੁਰਦਾਸਪੁਰ ਦੇ ਵਿੱਚ ਗ੍ਰਾਂਟਾਂ ਵੰਡਦੇ ਸੀ, ਪੱਤਰਕਾਰ ਨੇ ਪੁੱਛ ਲਿਆ ਜਾਖੜ ਸਾਹਿਬ ਵਾਪਸੀ ਹੋਏਗੀ ਆਪਣੇ ਹਲਕੇ ਵੱਲੋਂ, ਇਹ ਇਰਾਦੇ ਕੁਝ ਹੋਰ ਨੇ? ਉਹ ਕਹਿੰਦੇ ਗੁਰਦਾਸਪੁਰ ਵਾਲਿਆਂ ਨੇ ਜਿਤਾਇਆ, ਗੁਰਦਾਸਪੁਰ ਤੋਂ ਲੜੂੰਗਾ ਚੋਣ, ਬਸ ਕਾਂਗਰਸ ਹਾਈਕਮਾਂਡ ਨਾਲ ਵਿਰੋਧ ਕਰੇ। ਜੇ ਕਾਂਗਰਸ ਹਾਈਕਮਾਂਡ ਡਿਊਟੀ ਲਾਊਗੀ ਕਿਤੇ ਹੋਰ ਉੱਥੇ ਚਲੇ ਜਾਊ, ਨਹੀਂ ਡਿਊਟੀ ਲਾਊਗੀ ਤਾਂ ਕਹਿਣਗੇ ਗੁਰਦਾਸਪੁਰ ਵੀ ਨਹੀਂ ਲੜਨੀ, ਇੱਥੋਂ ਵੀ ਨਹੀਂ ਲੜੂ। ਪਰ ਜੇ ਕਹਿੰਦੇ ਮੈਨੂੰ ਮੌਕਾ ਮਿਲੇ, ਮੈਂ ਗੁਰਦਾਸਪੁਰ ਹਲਕੇ ਤੋਂ ਹੀ ਚੋਣ ਲੜਨੀ ਚਾਹੁੰਦਾ, ਸਰਕਾਰ ਵੀ ਉਹਨਾਂ ਨੇ ਤੇਜ਼ ਕਰਤੀਆਂ। ਦੂਸਰੇ ਪਾਸੇ ਉਹਨਾਂ ਦੇ ਖਿਲਾਫ ਪਿਛਲੀ ਵਾਰੀ ਹਾਰੇ ਸਵਰਨ ਸਲਾਰੀਆ ਵੀ ਦਾਅਵੇਦਾਰ ਨੇ, ਤੇ ਬੀਬੀ ਕਵਿਤਾ ਖੰਨਾ ਵੀ ਜਿਹੜੀ ਵਿਨੋਦ ਖੰਨਾ ਦੀ ਧਰਮ ਪਤਨੀ ਆ। ਹੁਣ ਕਵਿਤਾ ਖੰਨਾ ਕਹਿੰਦੀ ਪਿਛਲੀ ਵਾਰੀ ਵੀ ਟਿਕਟ ਦੀ ਮੈਂ ਦਾਅਵੇਦਾਰ ਸੀ, ਮੈਂ ਸੀਟ ਕੱਢ ਲੈਣੀ ਸੀ, ਪਰ ਸਲਾਰੀਆ ਸਾਹਿਬ ਨੇ ਵਿੱਚ ਲੱਤ ਫਸਾਤੀ। ਐਤਕੀ ਉਹ ਕਹਿੰਦੇ ਕਿ ਟਿਕਟ ਭਾਰਤੀ ਜਨਤਾ ਪਾਰਟੀ ਜੇ ਮੈਨੂੰ ਦੇਵੇ
ਤਾਂ ਮੈਂ ਜਾਖੜ ਸਾਹਿਬ ਦੀਆਂ ਸਿਆਸੀ ਤੌਰ ਤੇ ਗੋਡਣੀਆਂ ਲਵਾ ਦੂੰ। ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ, ਉਹ ਬਾਅਦ ਦੀਆਂ ਗੱਲਾਂ, ਪਰ ਹਾਲ ਦੀ ਘੜੀ ਰਫੜ ਪਿਆ ਹੋਇਆ। ਦੂਸਰੇ ਪਾਸੇ ਲੁਧਿਆਣਾ ਹਲਕਾ ਸਭ ਤੋਂ ਵੱਧ ਇਸ ਵੇਲੇ ਦਿਲਚਸਪੀ ਦਾ ਕਾਰਨ ਬਣ ਗਿਆ। ਕਾਂਗਰਸ ਪਾਰਟੀ ਵੱਲੋਂ ਰਵਨੀਤ ਬਿੱਟੂ ਸਿਟਿੰਗ MP ਨੇ ਟਿਕਟ ਦਾ ਦਾਅਵਾ ਤਾਂ ਉਹਨਾਂ ਦਾ ਬਣਦਾ, ਤੇ ਦੂਸਰੇ ਪਾਸੇ ਇਸੇ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ MP ਰਹਿ ਚੁੱਕੇ ਮਨੀਸ਼ ਤਿਵਾੜੀ ਸਾਹਿਬ, ਉਹਨਾਂ ਨੇ ਉੱਪਰੋਂ ਥਲੀ 20-25 ਦਿਨਾਂ ਦੇ ਵਿੱਚ ਲੁਧਿਆਣੇ ਦੇ 3 ਚੱਕਰ ਮਾਰ ਦਿੱਤੇ, 1-2 ਥਾਵਾਂ ਦੇ ਉੱਤੇ ਮੀਟਿੰਗਾਂ ਨੂੰ ਵੀ ਸੰਬੋਧਨ ਕਰ ਗਏ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਮਨੀਸ਼ ਤਿਵਾੜੀ ਹੋਰਾਂ ਦਾ ਵੀ ਦਾਅ ਜਿਹੜਾ ਉਹ ਲੁਧਿਆਣੇ ਦੀ ਟਿਕਟ ਦੇ ਲਈ ਲੱਗ ਸਕਦਾ, ਜੇ ਉਹ ਚੰਗੇ ਤਰੀਕੇ ਪ੍ਰੈਸ਼ਰ ਕ੍ਰੀਏਟ ਕਰਨ ਤਾਂ। ਹੁਣ ਮਨੀਸ਼ ਤਿਵਾੜੀ ਨੂੰ ਪੰਜਾਬ 'ਚ ਕਦੀ ਕਿਸੇ ਨੇ ਬਹੁਤਾ ਨਹੀਂ ਵੇਖਿਆ, ਉਹ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਬਹੁਤਾ ਜ਼ਿਆਦਾ ਸਰਗਰਮ ਵੀ ਨਹੀਂ ਰਹਿੰਦੇ, ਪਰ ਇਹਦੇ ਬਾਵਜੂਦ ਵੀ ਇਹ ਗੱਲ ਜਿਹੜੀ ਹੈ ਬਿਲਕੁਲ ਕਿਤੇ ਨਾ ਕਿਤੇ ਸਪਸ਼ਟ ਰੂਪ ਦੇ ਵਿੱਚ ਸਾਨੂੰ ਸਮਝਣੀ ਚਾਹੀਦੀ ਹੈ ਕਿ ਮਨੀਸ਼ ਤਿਵਾੜੀ ਸਾਹਿਬ ਕਾਂਗਰਸ ਪਾਰਟੀ ਦੇ ਉਹ ਲੀਡਰ ਨੇ ਜਿਹੜੇ ਹੁਣੇ ਹੁਣੇ ਰਾਹੁਲ ਗਾਂਧੀ ਦੇ ਨਾਲ ਜਰਮਨੀ ਤੇ ਇੰਗਲੈਂਡ ਦਾ ਦੌਰਾ ਕਰਕੇ ਵਾਪਸ ਪਰਤੇ ਹੈ, ਤੇ ਜਿਹੜੇ ਬੰਦੇ ਦਾ ਪਾਰਟੀ ਦੇ ਕੌਮੀ ਪ੍ਰਧਾਨ ਦੇ ਨਾਲ ਇਸ ਤਰੀਕੇ ਦਾ ਆਉਣਾ ਜਾਣਾ ਹੋਵੇ ਉਹਦਾ ਬਹੁਤ ਯਕੀਨ ਵਾਲਾ ਬੰਦਾ ਹੋਵੇ ਤੇ ਉਹ ਫਿਰ ਕਿਸੇ ਵੀ ਹਲਕੇ ਤੋਂ ਟਿਕਟ ਲੈ ਸਕਦਾ। ਸੋ ਇਸ ਕਰਕੇ ਇੱਕ ਪਾਸੇ ਰਵਨੀਤ ਬਿੱਟੂ ਤੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਥੋੜੀ ਜਿਹੀ ਬੇਚੈਨੀ ਹੈ, ਦੂਜੇ ਪਾਸੇ ਤਿਵਾੜੀ ਸਾਹਿਬ ਕਹਿੰਦੇ ਦੇਖੋ ਕਹਿੰਦੇ 37 ਸਾਲ ਹੋ ਗਏ ਕਾਂਗਰਸ ਦੇ ਨਾਲ ਜੁੜਿਆ, ਨਾ ਕਿਸੇ ਪਾਸੇ ਜਾਣ ਦੀ ਕਦੇ ਸੋਚੀ ਹੈ ਤੇ ਨਾ ਕਿਸੇ ਹੋਰ ਪਾਸੇ ਜਾਣਾ, ਇਸ ਕਰਕੇ ਜੇ ਕਾਂਗਰਸ ਹਾਈਕਮਾਂਡ ਨੇ ਡਿਊਟੀ ਲਾਈ ਤਾਂ ਚੋਣ ਜ਼ਰੂਰ ਲੜੂੰਗਾ, ਨਹੀਂ ਲਾਉਣਗੇ ਤਾਂ ਕੋਈ ਗੱਲ ਨਹੀਂ। ਉਹ ਕਹਿੰਦੇ ਮੇਰਾ ਪੁਰਾਣਾ ਇਲਾਕਾ, ਮੈਂ ਕੰਮ ਕਾਰ ਇੱਥੇ ਬਥੇਰੇ ਕੀਤੇ ਹੈ, ਤੇ ਹੁਣ ਵੇਖਦੇ ਹਾਂ ਕਿ ਮਨੀਸ਼ ਤਿਵਾੜੀ ਤੇ ਰਵਨੀਤ ਬਿੱਟੂ ਦੇ ਵਿੱਚੋਂ ਲੁਧਿਆਣੇ ਦੀ ਟਿਕਟ ਮਿਲਦੀ ਕਿਹਨੂੰ ਆ। ਪਰ ਤਿਵਾੜੀ ਦੇ ਲੁਧਿਆਣਾ ਦੌਰਿਆਂ ਨੇ ਕਈਆਂ ਨੂੰ ਕੱਚੀਆਂ ਤਰੇੜੀਆਂ ਲਿਆਤੀਆਂ। ਦੂਸਰੇ ਪਾਸੇ ਜੀ ਇਸੇ ਹਲਕੇ ਤੋਂ ਪਿਛਲੀ ਵਾਰੀ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦੀ ਸੀ ਐਡਵੋਕੇਟ HS ਫੂਲਕਾ ਸਾਹਿਬ, 20,000 ਦਾ ਫਰਕ ਪਿਆ ਸੀ ਸਾਰਾ ਬਿੱਟੂ ਸਾਹਿਬ ਤੋਂ। ਫੂਲਕਾ ਸਾਹਿਬ MLA ਬਣ ਗਏ ਆ, ਵੈਸੇ ਵੀ ਆਖ ਚੁੱਕੇ ਆ ਕਿ ਮੈਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੁਣ ਕੋਈ ਬਹੁਤਾ ਜ਼ਿਆਦਾ ਸਰਗਰਮ ਨਹੀਂ ਆਉਣਾ, ਇਸ ਕਰਕੇ ਵੀ ਕਿਤੇ ਨਾ ਕਿਤੇ ਫੂਲਕਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਇਧਰਲੇ ਪਾਸੇ ਕੁਝ ਧਿਆਨ ਜਿਹੜਾ ਦੇਣਾ ਪਏਗਾ, ਕਿਉਂਕਿ ਫੂਲਕਾ ਸਾਹਿਬ ਜਿਹੜੇ ਨੇ ਜੇ ਉਹ ਚੋਣ ਨਹੀਂ ਲੜਦੇ ਤਾਂ ਆਮ ਆਦਮੀ ਪਾਰਟੀ ਦੀਆਂ ਵੋਟਾਂ ਮੇਰੇ ਮੁਤਾਬਕ 1.5 ਤੋਂ ਲੈ ਕੇ 2 ਲੱਖ ਇਸ ਹਲਕੇ ਤੋਂ ਘੱਟ ਸਕਦੀਆਂ। ਤੀਸਰੇ ਪਾਸੇ ਜੀ ਪਿਛਲੀ ਵਾਰੀ ਅਕਾਲੀਆਂ ਨੇ ਮਰਪੀ ਤਿਆਲੀ ਸਾਹਿਬ ਖੜੇ ਕੀਤੇ ਸੀ, ਤਿਆਲੀ ਸਾਹਿਬ ਉਦੋਂ MLA ਸੀ ਜੀ, ਪਰ ਪਹਿਲਾਂ ਉਹ ਫੂਲਕਾ ਸਾਹਿਬ ਤੋਂ ਤੇ ਬਿੱਟੂ ਸਾਹਿਬ ਤੋਂ ਲੋਕ ਸਭਾ ਦੀ ਚੋਣ ਹਾਰੇ, ਬਾਅਦ ਵਿੱਚ ਫੂਲਕਾ ਸਾਹਿਬ ਤੋਂ ਵਿਧਾਨ ਸਭਾ ਦੀ ਚੋਣ ਵੀ ਹਾਰ ਗਿਆ, ਤੇ ਇਆਲੀ ਸਾਹਿਬ ਐਤਕੀ ਚੋਣ ਲੜਨਾ ਨਹੀਂ ਚਾਹੁੰਦੇ। ਉਹ ਵੱਖਰੀ ਗੱਲ ਹੈ ਕਿ ਜੇ ਅਕਾਲੀਆਂ ਨੇ ਕਹਿ ਤਾ ਕਿ ਨਾ ਭਾਈ ਢੋਲ ਤਾਂ ਵਜਾਉਣਾ ਪਊਗਾ, ਗੱਲ ਤੇਰੇ ਚ ਪਾਤਾ, ਜਿਵੇਂ ਮਰਜ਼ੀ ਵਜਾ, ਫਿਰ ਉਹ ਵਜਾ ਵੀ ਲੈਣਗੇ। ਤੀਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਬੈਂਸ ਭਰਾਵਾਂ ਦਾ 45 ਕੀ ਹੋਏਗਾ, 2 ਲੱਖ ਤੋਂ ਵੱਧ ਵੋਟਾਂ ਸਿਮਰਜੀਤ ਬੈਂਸ ਵੀ ਪਿਛਲੀ ਵਾਰੀ ਲੈ ਗਿਆ ਸੀ, ਉਹਨਾਂ ਨੇ ਜਿਵੇਂ ਐਤਕੀ ਐਲਾਨ ਕੀਤਾ ਕਿ ਅਸੀਂ ਸਾਰੀਆਂ ਸੀਟਾਂ ਤੋਂ ਚੋਣ ਲੜਨੀ ਹੈ। ਹੋ ਸਕਦਾ ਹੈ ਜੁਕਨੈਬ ਜੀ ਕਿ ਐਤਕੀ ਸਿਮਰਜੀਤ ਬੈਂਸ ਖੁਦ ਕੈਂਡੀਡੇਟ ਬਣਨ ਦੀ ਥਾਂ ਜਾਂ ਬਲਵਿੰਦਰ ਸਿੰਘ ਬੈਂਸ ਨੂੰ ਮੌਕਾ ਦੇ ਦੇਣ, ਤੇ ਜਾਂ ਫਿਰ ਆਪਣੇ ਕਿਸੇ ਹੋਰ ਸਾਥੀ ਨੂੰ, ਤੇ ਖੁਦ ਸਿਮਰਜੀਤ ਬੈਂਸ ਸਾਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇਸ ਮੁੱਦੇ ਦੇ ਉੱਤੇ ਸਰਗਰਮੀਆਂ ਕਰਨਾ ਚਾਹੁੰਦੇ ਆ। ਸੋ ਵੇਖਦੇ ਹਾਂ ਕਿ ਲੋਕ ਸਭਾ ਦੀਆਂ ਚੋਣਾਂ ਅਜੇ ਦੂਰ ਨੇ, ਫਾਈਨਲ ਮੁਕਾਬਲਾ ਹੈ, ਅਜੇ ਅਸੀਂ ਕੁਆਟਰ ਫਾਈਨਲ ਚ ਪਹੁੰਚੇ ਹਾਂ, ਕੁਆਟਰ ਫਾਈਨਲ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚ ਹੈ, ਸੈਮੀ ਫਾਈਨਲ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਚ ਹੈ, ਉਹਦੇ ਤੋਂ ਬਾਅਦ 2-4 ਮਹੀਨਿਆਂ ਦੇ ਅੰਦਰ ਅੰਦਰ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹਦੇ ਵਿੱਚ ਫਾਈਨਲ ਮੁਕਾਬਲਾ ਹੋਣਾ ਹੈ। ਭਾਵੇਂ ਸਮਾਂ ਜੇ ਕਾਫੀ ਪਿਆ, ਪਰ ਪੰਜਾਬ ਦੇ ਵੱਖ ਵੱਖ ਲੋਕ ਸਭਾ ਹਲਕਿਆਂ ਦੇ ਨਾਲ ਸੰਬੰਧਿਤ ਜਿਹੜੇ ਸਿਆਸੀ ਪਾਰਟੀਆਂ ਦੇ ਲੀਡਰ ਟਿਕਟਾਂ ਲੈਣਾ ਚਾਹੁੰਦੇ ਆ, ਉਹਨਾਂ ਨੇ ਸਿਆਸੀ ਤੌਰ ਤੇ ਡੰਡ ਬੈਠਕਾਂ ਮਾਰਨ ਦਾ ਸਿਲਸਿਲਾ ਜਿਹੜਾ ਹੈ ਉਹ ਸੁਖਨੈਬ ਜੀ ਸ਼ੁਰੂ ਕਰ ਦਿੱਤਾ ਹੈ ਜੀ। ਬਟ ਸਾਹਿਬ ਆਪਾਂ ਇੱਕ ਬ੍ਰੇਕ ਲੈ ਲਈਏ ਜੀ, ਡੰਡ ਕੱਢ ਕੇ ਆਪਾਂ ਵੀ ਆਉਣੇ ਆ ਫਿਰ ਜੀ। ਬ੍ਰੇਕ ਤੋਂ ਬਾਅਦ ਇੱਕੋ ਥਾਂ ਤੋਂ ਫਿਰ ਹਾਜ਼ਰ ਰਹਿਣ ਦੀ ਔਰ ਕਰਦੇ ਹਾਂ ਅਗਲੀ ਗੱਲਬਾਤ। ਹਸਪਤਾਲਾਂ ਦੇ ਉੱਤੇ ਹਸਪਤਾਲਾਂ ਚ ਸਕੰਜਾ ਲੱਗਿਆ ਤਾਂ ਹੁੰਦਾ ਤੇ ਆ ਕਸਿਆ ਵੀ ਜਾਣਾ ਜੀ ਹੁਣ ਸੁਖਨੈਬ ਜੀ? ਲੱਗਦਾ ਆਸ ਥੋੜੀ ਜੀ ਬੱਝੀ ਹੈ ਜੀ। ਦੇਖੋ ਅਜੇ ਤੱਕ ਹਾਲਾਤ ਕੀ ਕਹਿੰਦੇ ਆ, ਅਜੇ ਤੱਕ ਤਾਂ ਹਾਲਾਤ ਇਹ ਕਹਿੰਦੇ ਆ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰ, ਦਵਾਈਆਂ, ਮਸ਼ੀਨਾਂ, ਆਪਰੇਟਰਾਂ ਦੀ ਹਰ ਚੀਜ਼ ਦੀ ਘਾਟ ਹੈ ਜੀ। ਤੇ ਬੰਦਾ ਕਹਿੰਦਾ ਕਿ ਭਾਈ ਉੱਥੇ ਜਾ ਕੇ ਹੌਲੀ ਹੌਲੀ ਵੀ ਤਾਂ ਪ੍ਰਾਣ ਪਖੇਰੂ ਉਡਾਉਣਾ ਹੀ ਹੈ, ਨਿੱਜੀ ਹਸਪਤਾਲ ਦੇ ਵਿੱਚ ਚਲੇ ਜਾਓ ਸ਼ਾਇਦ ਬਚਾਅ ਹੋ ਜਾਏ ਜੀ। ਚਲੋ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਚੱਲਣ ਲੱਗ ਪੈਂਦੀਆਂ, ਫਿਰ ਬੰਦਾ ਨਿੱਜੀ ਹਸਪਤਾਲ ਦੇ ਵਿੱਚ ਸੋਚਦਾ ਹੈ ਕਿ ਭਾਈ ਕੁਝ ਹਸਪਤਾਲ ਚੰਗੇ ਵੀ ਹੈਗੇ ਆ, ਕੁਝ ਡਾਕਟਰ ਇਮਾਨਦਾਰ ਵੀ ਹੈਗੇ ਆ, ਇੱਥੇ ਡਾਕਟਰ ਗਾਂਧੀ ਵਰਗੇ ਵੀ ਬੈਠੇ ਆ, ਪਰ ਇੱਥੇ ਦੂਸਰੇ ਵੀ ਬੈਠੇ ਜਿਹਨਾਂ ਨੇ ਘੋੜਾ ਵੱਡਾ ਹੀ ਰੱਖਿਆ ਜੀ।
ਕਿ ਭਾਈ ਬੰਦੇ ਨੂੰ ਭਾਵੇਂ ਬੁਖਾਰ ਚੜਿਆ ਹੋਵੇ, ਆਪਾਂ ਆਪਰੇਸ਼ਨ ਇੱਥੋਂ ਕਰਕੇ ਹੀ ਤੋਰਨਾ ਹੈ ਜੀ। 2 ਰੁਪਈਆਂ ਦੀ ਗੋਲੀ ਜੇ 200 ਦੀ ਨਾ ਵੇਚੀ ਤਾਂ ਫਿਰ MBBS ਦੇ ਉੱਤੇ 1 ਕਰੋੜ ਰੁਪਇਆ ਲਾਉਣ ਦਾ ਕੀ ਫਾਇਦਾ? 3 ਕਰੋੜ ਰੁਪਇਆ ਹਸਪਤਾਲ ਦੀ ਬਿਲਡਿੰਗ ਦੇ ਉੱਤੇ ਲਾਇਆ, ਉਹ ਵੀ ਪੂਰਾ ਕਰਨਾ। 5 ਲੱਖ ਰੁਪਇਆ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਮਹੀਨੇ ਦੀਆਂ ਤਨਖਾਹਾਂ ਦੇ ਵਿੱਚ ਵੀ ਜਾਂਦਾ, ਉਹ ਵੀ ਨਾ ਕਿਤੋਂ ਨਾ ਕਿਤੋਂ ਪੂਰੇ ਕਰਨੇ ਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਦਾ ਸਿੱਟਾ ਕੀ ਨਿਕਲਦਾ ਕਿ ਪੰਜਾਬ ਦੇ ਵਿੱਚ ਜਦੋਂ ਹਸਪਤਾਲ ਪਤਾ ਲੱਗਦਾ ਕਿ ਭਾਈ ਬੰਦਾ ਬਿਮਾਰ ਆ ਫਲਾਨੇ ਦਾ ਹਸਪਤਾਲ ਗਿਆ, ਤਾਂ ਬੀਬੀਆਂ ਆਪਸ ਵਿੱਚ ਵੈਸੇ ਹੀ ਗੱਲ ਕਰਦੀਆਂ ਕਹਿੰਦੀਆਂ ਹੁੰਦੀਆਂ ਉਹ ਹੁਣ ਤਾਂ ਪੱਲੇ ਕੱਖ ਨਹੀਂ ਰਹਿਣਾ। ਹਾਲਾਂਕਿ ਹਸਪਤਾਲ ਹੀ ਗਿਆ ਬੰਦਾ ਇਲਾਜ ਕਰਾਉਣ ਗਿਆ, ਪਰ ਉਹਨਾਂ ਨੂੰ ਵੀ ਪਤਾ ਕਿ ਜਿੰਨੇ ਕੁ ਪੈਸੇ ਉਹਨਾਂ ਤੋਂ ਮੁੱਛ ਲੈਣੇ ਆ, ਉਹ ਬੰਦੇ ਨੂੰ 10-12 ਸਾਲ ਵਿੱਤੀ ਤੌਰ ਤੇ ਤਾਬੇ ਆਉਣ ਦਾ ਮੌਕਾ ਨਹੀਂ ਮਿਲਣਾ ਜੀ। ਹੁਣ ਇਸ ਸਾਰੀ ਪ੍ਰਕਿਰਿਆ ਦੇ ਨਾਲ ਜਿਹੜੀ ਨਵੀਂ ਗੱਲ ਉੱਭਰ ਕੇ ਸਾਹਮਣੇ ਆਈ ਹੈ, ਮਰੀਜ਼ਾਂ ਦੇ ਹੱਕ ਮਾਰੇ ਜਾ ਰਹੇ ਨੇ ਲਗਾਤਾਰ। ਕਈ ਵੀਡੀਓ ਇੱਦਾਂ ਦੀਆਂ ਸਾਹਮਣੇ ਆਈਆਂ ਸੀ ਭਾਰਤ ਦੇ ਵਿੱਚ, ਜਿਹਦੇ ਵਿੱਚ ਪੇਸ਼ੈਂਟ ਦੀ ਮੌਤ ਹੋ ਜਾਂਦੀ ਹੈ, ਪਰਿਵਾਰ ਦੇ ਸਾਹਮਣੇ 2.5 ਲੱਖ ਦਾ ਅਗਲੇ ਬਿੱਲ ਰੱਖ ਦਿੰਦੇ ਆ, ਪਰਿਵਾਰ ਕਹਿੰਦਾ ਕਿ ਇੰਨੇ ਪੈਸੇ ਹੈ ਨੀ, ਕਹਿੰਦੇ ਕੋਈ ਗੱਲ ਨੀ ਜਿੱਦਣ ਹੋਏ ਲੈ ਆਇਓ, ਅਸੀਂ ਆ ਡੈਡ ਬਾਡੀ ਤੁਹਾਡੀ ਜਿਹੜੀ ਹੈ ਰੱਖ ਦਿੰਦੇ ਆ ਫਰੀਜ਼ਰ ਚ, ਗੱਲ ਕਿਹੜੀ ਹੈ ਜੇ ਅਸੀਂ ਨੂਰ ਮਹਿਲੀਆ ਇੰਨੇ ਦੇਰ ਰੱਖ ਸਕਦੇ, 5-7 ਦਿਨ ਤੁਹਾਡਾ ਬੰਦਾ ਵੀ ਰੱਖ ਲੈਂਦੇ ਆ। ਹੁਣ ਅਗਲਾ ਮਸਲਾ ਜਿਹੜਾ ਖੜਾ ਹੋ ਗਿਆ, ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਉਹਨੇ ਇੱਕ ਖਰੜਾ ਤਿਆਰ ਕੀਤਾ, ਉਹ ਕਹਿੰਦੇ ਅਸੀਂ ਮਰੀਜ਼ਾਂ ਦੇ ਜਿਹੜੇ ਹੱਕ ਨੇ ਨਾ ਉਹ ਕਲੀਅਰ ਕਰਨੇ ਆ, ਭਾਰਤ ਦੇ ਵਿੱਚ ਸਪਸ਼ਟ ਕਰਨੇ ਆ, ਜਿਹਦੇ ਨਾਲ ਪਤਾ ਲੱਗ ਸਕੇ ਕਿ ਕੋਈ ਵੀ ਹਾਸਪਿਟਲ ਜਾਂ ਕੋਈ ਵੀ ਡਾਕਟਰ ਕਿਸ ਤਰੀਕੇ ਦੀ ਗੱਲਬਾਤ ਜਿਹੜੀ ਉਹ ਕਰ ਸਕਦਾ। ਹੁਣ ਪਹਿਲੀ ਗੱਲ ਉਹ ਕਹਿੰਦੇ ਕਿ ਸਿੱਧੀ ਗੱਲ ਹੈ ਕਿ ਜੇ ਇਸ ਪਰਿਵਾਰ ਦੇ ਬੰਦੇ ਦੀ ਮੌਤ ਹੀ ਹੋ ਗਈ ਹਾਸਪਿਟਲ ਦੇ ਵਿੱਚ, ਤੁਸੀਂ ਇਸ ਆਧਾਰ ਦੇ ਉੱਤੇ ਉਹਨੂੰ ਡੈਡ ਬਾਡੀ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਭਾਈ ਉਹਨਾਂ ਨੇ ਤੁਹਾਡੇ ਸਾਰੇ ਪੈਸੇ ਅਦਾ ਨਹੀਂ ਕੀਤੇ। ਤੇ ਜੇ ਕਹਿੰਦੇ ਕਿਸੇ ਨੇ ਡੈਡ ਬਾਡੀ ਦੇਣ ਤੋਂ ਇਨਕਾਰ ਕੀਤਾ ਇਸ ਆਧਾਰ ਦੇ ਉੱਤੇ, ਹਾਸਪਿਟਲ ਨੂੰ ਜਿੰਦਰਾ ਜਿਹਾ ਮਾਰ ਦਿੱਤਾ ਜਾਊ ਜੀ। ਦੂਸਰੀ ਗੱਲ ਇਹ ਵੀ ਕਿਹਾ ਉਹਨਾਂ ਨੇ, ਉਹ ਕਹਿੰਦੇ ਜੀ ਦੇਖੋ ਸਾਰੇ ਡਰਾਫਟ ਦੇ ਉੱਤੇ ਨਾ 30 ਦਿਨਾਂ ਦੇ ਵਿੱਚ ਆਪਣੇ ਸੁਝਾਅ ਦੇਣ ਕਿ ਅਸੀਂ ਇਹਨੂੰ ਬਿਹਤਰੀਨ ਕਿਵੇਂ ਬਣਾ ਸਕਦੇ ਹਾਂ ਜੀ। ਇਹਦੇ ਤੋਂ ਇਲਾਵਾ ਖਰੜੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹਰ ਇੱਕ ਹਸਪਤਾਲ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਇੱਕ ਅੰਦਰੂਨੀ ਤੰਤਰ ਚਾਹੀਦਾ। ਜਦੋਂ ਕੋਈ ਬੰਦਾ ਸ਼ਿਕਾਇਤ ਕਰਦਾ 24 ਘੰਟਿਆਂ ਦੇ ਵਿੱਚ ਉਹਨੂੰ ਦੁਬਾਰਾ ਇਨਫੋਰਮ ਕਰੋ, 15 ਦਿਨਾਂ ਦੇ ਵਿੱਚ ਉਹਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕੀ ਹੈ ਲਿਖਤੀ ਰੂਪ ਦੇ ਵਿੱਚ ਉਹਨੂੰ ਸੂਚਿਤ ਕੀਤਾ ਜਾਵੇ। ਤੇ ਨਾਲ ਦੀ ਨਾਲ ਕਹਿੰਦੇ ਜੇ ਮਰੀਜ਼ ਸੰਤੁਸ਼ਟ ਨਹੀਂ ਹੁੰਦਾ ਉਹ ਸਟੇਟ ਕੌਂਸਲ ਦੇ ਕੋਲ ਜਾ ਕੇ ਅਪੀਲ ਵੀ ਕਰ ਸਕਦਾ ਕਿ ਭਾਈ ਤੁਹਾਡੇ ਬੰਦਿਆਂ ਨੇ ਆਹ ਕੁਝ ਜਿਹੜਾ ਉਹ ਕੀਤਾ। ਚਲੋ ਅਗਲੀ ਗੱਲ, ਹੁਣ ਹੋਰ ਕਿਹੜੀ ਕਿਹੜੀ ਰਾਹਤ ਮਿਲ ਸਕਦੀ ਹੈ? ਦੇਖੋ ਅੱਜ ਹੁਣ ਸਮੱਸਿਆ ਕੀ ਪੈਦਾ ਹੁੰਦੀ ਹੈ, ਤੁਸੀਂ ਇੱਕ ਡਾਕਟਰ ਦੇ ਕੋਲੇ ਚਲੇ ਗਿਆ, ਇੱਕ ਹਾਸਪਿਟਲ ਦੇ ਵਿੱਚ ਚਲੇ ਗਿਆ, ਤੁਹਾਨੂੰ ਲੱਗਦਾ ਕਿ ਮੇਰੀ ਤਸੱਲੀ ਨਹੀਂ, ਡਾਕਟਰ ਸਾਹਿਬ ਕਹਿੰਦੇ ਆਪਰੇਸ਼ਨ ਕਰਾ ਲਓ ਛੇਤੀ ਤੋਂ ਛੇਤੀ, ਨਹੀਂ ਤਾਂ ਬੰਦਾ ਸ਼ਾਮ ਤੱਕ ਭੁੜਕ ਜਾਣਾ। ਤੇ ਅਗਲੇ ਕਹਿੰਦੇ ਆ ਕਿ ਭਾਈ ਠੀਕ ਹੈ ਕਰਾ ਲੈਂਦੇ ਆ, ਪੈਸੇ ਕਿੰਨੇ? ਉਹ ਕਹਿੰਦਾ ਇੰਨੇ। ਪਰ ਜੇ ਉੱਥੇ ਬੰਦਾ ਕਹੇ ਕਿ ਮੈਂ ਸੈਕਿੰਡ ਓਪੀਨੀਅਨ ਲੈਣੀ ਹੈ, ਮੈਂ ਕਿਸੇ ਦੂਸਰੇ ਡਾਕਟਰ ਨੂੰ ਵੀ ਪੁੱਛਣਾ ਕਿ ਭਾਈ ਇੱਥੇ ਓਪਰੇਟ ਹੀ ਇੱਕੋ ਇੱਕ ਹਾਲ ਹੈ ਕਿ ਕੁਝ ਹੋਰ ਵੀ ਹੋ ਸਕਦਾ? ਉਸ ਵੇਲੇ ਬਹੁਤੇ ਡਾਕਟਰ ਕੇਸ ਹਿਸਟਰੀ ਨਹੀਂ ਤੁਹਾਨੂੰ ਦਿੰਦੇ ਕਿ ਭਾਈ ਤੁਸੀਂ ਨਵੇਂ ਡਾਕਟਰ ਨੂੰ ਦਿਖਾ ਕੇ ਉਹਨਾਂ ਦਾ ਪੱਠਾ ਗੁਲ ਕਰਨਾ। ਪਰ ਹੁਣ ਸੰਭਾਵੀ ਡਰਾਫਟ ਦੇ ਮੁਤਾਬਿਕ ਜੇ ਕੋਈ ਪੇਸ਼ੈਂਟ ਕਿਸੇ ਦੂਸਰੇ ਡਾਕਟਰ ਨੂੰ ਵਿਖਾਉਣਾ ਚਾਹੁੰਦਾ ਤਾਂ ਤੁਰੰਤ ਪਹਿਲੇ ਡਾਕਟਰ ਨੂੰ ਉਹਦੀ ਕੇਸ ਹਿਸਟਰੀ ਪੇਸ਼ੈਂਟ ਦੇ ਹੱਥ ਦੇ ਵਿੱਚ ਦੇਣੀ ਪਏਗੀ। ਦੂਸਰਾ, ਜਦੋਂ ਕੋਈ ਬੰਦਾ ਡਿਸਚਾਰਜ ਹੋ ਜਾਂਦਾ ਛੁੱਟੀ ਚਲੇ ਜਾਂਦਾ ਤਾਂ 72 ਘੰਟਿਆਂ ਦੇ ਵਿੱਚ ਫੁੱਲ ਰਿਪੋਰਟ ਜਿਹੜੀ ਹੈ ਉਸ ਪੇਸ਼ੈਂਟ ਦੇ ਘਰੇ ਅੱਪੜਦੀ ਕਰਨੀ ਬੇਹੱਦ ਜ਼ਰੂਰੀ ਹੈ, ਕਿਉਂਕਿ ਨਹੀਂ ਤਾਂ ਹੁਣ ਤੱਕ ਕੰਮ ਕਿਵੇਂ ਚੱਲਦਾ ਸੀ? ਕੰਮ ਇਸ ਤਰ੍ਹਾਂ ਚੱਲਦਾ ਸੀ ਕਿ ਬੰਦਾ ਡਿਸਚਾਰਜ ਹੋ ਗਿਆ, ਬੰਦਾ ਠੀਕ ਹੋ ਗਿਆ, ਅਗਲੇ ਨੇ ਕਹਿੰਦਾ ਠੀਕ ਹੈ ਜੀ ਫਾਈਲ ਤੁਹਾਡੀ ਰੱਖ ਲਈ ਹੈ, ਤੁਸੀਂ ਇਹ ਸਲਿੱਪ ਜਾਂ ਫਾਈਲ ਨੰਬਰ ਦਿਖਾ ਕੇ ਅਗਲੀ ਫੇਸ ਖਾ ਜਾਓ ਜੀ। ਹੁਣ ਫਾਈਲ ਤੁਸੀਂ ਰੱਖ ਲਈ ਹੋਏਗੀ, ਪਰ ਫਾਈਲ ਰੱਖਣ ਦੇ ਨਾਲ ਪੇਸ਼ੈਂਟ ਨੂੰ ਕੀ ਪਤਾ ਕਿ ਭਾਈ ਕਿੱਥੇ ਕੀ ਹੋ ਗਿਆ? ਤੇ ਹੁਣ ਨਵੇਂ ਡਰਾਫਟ ਦੇ ਮੁਤਾਬਿਕ ਉਹ ਫਾਈਲ 3 ਦਿਨਾਂ ਦੇ ਅੰਦਰ ਅੰਦਰ ਹਾਸਪਿਟਲ ਦੀ ਆਪਣੀ ਡਿਊਟੀ ਹੈ ਕਿ ਮਰੀਜ਼ ਤੱਕ ਉਹ ਪਹੁੰਚਦੀ ਕਰੇ। ਤੀਸਰੇ ਪਾਸੇ ਅਟੈਂਡੈਂਟ ਨੂੰ ਜਿਹੜੀ ਭਾਸ਼ਾ ਆਉਂਦੀ ਹੈ ਡਾਕਟਰ ਨੂੰ ਉਸੇ ਭਾਸ਼ਾ ਦੇ ਵਿੱਚ ਮਰੀਜ਼ ਦਾ ਹਾਲ ਦੱਸਣਾ ਪਏਗਾ। ਹੁਣ ਮੇਰੇ ਵਰਗਾ ਬੰਦਾ ਖੇਤ ਦੇ ਵਿੱਚੋਂ ਘਾਹ ਖੋਤਦਾ ਚਲੇ ਗਿਆ ਹਸਪਤਾਲ ਕਿਸੇ ਪੇਸ਼ੈਂਟ ਦੇ ਨਾਲ, ਤੇ ਡਾਕਟਰ ਉਹਦੀ ਉੱਥੇ ਇਹ ਕਹਿੰਦੇ ਕਿ ਭਾਈ ਡਾਇਬਟੀਜ਼ ਵੀ ਹੈ, ਹੋਰ ਵੀ ਕਈ ਕੁਝ ਹੈ, ਮੇਰੇ ਸਾਰੀਆਂ ਬਿਮਾਰੀਆਂ ਉੱਪਰ ਦੀ ਲੰਘ ਜਾਂਦੀਆਂ ਕਿ ਭਾਈ ਡਾਕਟਰ ਸਾਹਿਬ ਨੇ ਕੀ ਦੱਸ ਦਿੱਤਾ। ਇਸ ਕਰਕੇ ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਭਾਸ਼ਾ ਅਟੈਂਡੈਂਟ ਨੂੰ ਸਮਝ ਆਉਂਦੀ ਹੈ ਉਸੇ ਭਾਸ਼ਾ ਦਾ ਪ੍ਰਯੋਗ ਕਰਕੇ ਡਾਕਟਰ ਉਹਨੂੰ ਜਾਣਕਾਰੀ ਦੇਵੇ ਕਿ ਆਖਿਰਕਾਰ ਮਰੀਜ਼ ਦੇ ਹਾਲਾਤ ਕਿੰਨੇ ਨੇ। ਇਹਦੇ ਨਾਲ ਨਾਲ ਉਹ ਕਹਿੰਦੇ ਜੇ ਇਲਾਜ ਦੇ ਉੱਤੇ ਵੱਧ ਪੈਸੇ ਲੱਗਦੇ ਆ ਤਾਂ ਮਰੀਜ਼ ਦੇ ਅਟੈਂਡੈਂਟ ਨੂੰ ਸਮਝਾਉਣਾ ਵੀ ਬਹੁਤ ਜ਼ਰੂਰੀ ਹੈ ਕਿ ਭਾਈ ਆਹ ਵੇਖੋ ਪੈਸੇ ਵੱਧ ਇਸ ਕਰਕੇ ਲੱਗੇ ਆ, ਆਹ ਕਾਰਨ ਰਿਹਾ ਤੇ ਆਹ ਕਾਰਨ ਜਿਹੜਾ ਉਹ ਨਹੀਂ ਰਿਹਾ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ
ਕਿ ਡਾਕਟਰ ਲਿਖ ਦਿੰਦਾ ਜੀ ਤੁਸੀਂ ਨਾ ਫਲਾਨੀ ਉਹ ਚੌਂਕ ਦੇ ਵਿੱਚ ਸਕੈਨਿੰਗ ਸੈਂਟਰ ਉੱਥੇ ਚਲੇ ਜਾਓ, ਬਾਕੀ ਬਹੁਤੀ ਸਹੀ ਨਹੀਂ ਕਰਦੇ, ਤੁਸੀਂ ਉੱਥੇ ਹੀ ਕਰਾ ਕੇ ਲਿਆਓ। ਜੇ ਤੁਸੀਂ ਕਿਤੋਂ ਸਸਤੇ ਭਾਅ ਬਾਹਰੋਂ ਕਰਾ ਕੇ ਲੈ ਜਾਂਦੇ ਹੋ, ਅਗਲਾ ਤੁਹਾਡੇ ਉਹ ਮੱਥੇ 'ਚ ਮਾਰਦਾ ਜਾ ਕੇ ਫਾਇਰ ਮੈਂ ਤੈਨੂੰ ਕਿਤੋਂ ਕਿਹਾ ਸੀ ਕਰਾਉਣ ਨੂੰ ਬਈ, ਤੂੰ ਉੱਥੇ ਨਹੀਂ ਕਰਾ ਕੇ ਜਾਓ, ਉੱਥੋਂ ਕਰਾ ਕੇ। ਇਹਦੇ ਨਾਲ ਨਾਲ ਜਦੋਂ ਕੋਈ ਡਾਕਟਰ ਦਵਾਈਆਂ ਲਿਖਦਾ ਤੇ ਨਾਲ ਸੁਜੈਸਟ ਵੀ ਕਰ ਦਿੰਦਾ ਸਾਡੇ ਹਸਪਤਾਲ ਦੇ ਵਿੱਚ ਹੀ ਹੈਗੀ ਆ ਫਾਰਮੇਸੀ, ਉੱਥੋਂ ਲੈ ਲਓ, ਜਾਂ ਉਹ ਬਾਹਰ ਕੋਨੇ ਦੇ ਉੱਤੇ ਫਲਾਣੇ ਦਾ ਮੈਡੀਕਲ ਸਟੋਰ ਹੈ ਉੱਥੋਂ ਲੈ ਲਓ। ਹੁਣ ਬੰਦਾ ਜਿੱਥੋਂ ਮਰਜ਼ੀ ਲਵੇ, ਤੁਸੀਂ ਮੈਡੀਸਨ ਲਿਖ ਦਿੱਤੀ, ਅਗਲਾ ਜਿੱਥੋਂ ਮਰਜ਼ੀ ਲਵੇ, ਪਰ ਨਹੀਂ, ਸਿੱਧੇ ਤੌਰ ਦੇ ਉੱਤੇ ਬਹੁਤ ਵੱਡਾ ਧੰਦਾ ਜਿਹੜਾ ਬਣ ਚੁੱਕਿਆ। ਤੇ ਹੁਣ ਇਸ ਡਰਾਫਟ ਦੇ ਵਿੱਚ ਕਹਿ ਦਿੱਤਾ ਗਿਆ ਕਿ ਮਰੀਜ਼ ਆਪਣੀ ਮਰਜ਼ੀ ਦੀ ਲੈਬੋਰਟਰੀ 'ਚੋਂ ਟੈਸਟ ਕਰਾ ਸਕਦਾ, ਆਪਣੀ ਮਰਜ਼ੀ ਦੀ ਫਾਰਮੇਸੀ ਦੇ ਵਿੱਚੋਂ ਦਵਾਈ ਲੈ ਸਕਦਾ। ਇਸ ਕਰਕੇ ਇੱਧਰਲੇ ਪਾਸੇ ਇਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਨਾ ਕੀਤਾ ਜਾਵੇ, ਨਹੀਂ ਤਾਂ ਹਸਪਤਾਲਾਂ ਦੇ ਉੱਤੇ ਜਿੰਦਰੇ ਮਾਰ ਦਿੱਤੇ ਜਾਣਗੇ। ਸੋ ਵੇਖਦੇ ਹਾਂ ਕਿ ਪਹਿਲੀ ਵਾਰ ਭਾਰਤ ਦੇ ਵਿੱਚ ਮਰੀਜ਼ਾਂ ਦੇ ਹੱਕ ਦੇ ਵਿੱਚ ਇੱਦਾਂ ਦਾ ਕੋਈ ਡਰਾਫਟ ਤਿਆਰ ਕੀਤਾ ਗਿਆ, ਇਹਨੂੰ ਜ਼ਮੀਨੀ ਪੱਧਰ ਦੇ ਉੱਤੇ ਸਾਡੀਆਂ ਸਮੇਂ ਦੀਆਂ ਸਰਕਾਰਾਂ ਲਾਗੂ ਕਰਨ ਦੇ ਵਿੱਚ ਕਾਮਯਾਬ ਹੁੰਦੀਆਂ ਜਾਂ ਨਹੀਂ। ਜੀ ਮਾਟ ਸਾਹਿਬ, ਬਰਖਾਸਤ DSP ਢਿੱਲੋਂ ਦੇ ਖਿਲਾਫ਼ ਚਲਾਨ ਪੇਸ਼ ਹੋ ਗਿਆ ਜੀ। ਸੁਖਨੈਬ ਜੀ, ਉਹੀ ਦਲਜੀਤ ਸਿੰਘ ਢਿੱਲੋਂ ਜਿਹੜੇ ਕਦੇ ਹਾਕੀ ਖੇਡਦੇ ਸੀ, ਬਾਅਦ ਵਿੱਚ ਪੰਜਾਬ ਪੁਲਿਸ 'ਚ DSP ਬਣ ਗਿਆ, DSP ਬਣ ਗਿਆ, ਤਾਂ ਪਿਛਲੇ ਦਿਨ ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਇੱਕ ਲੜਕੀ ਨੇ ਸਭ ਤੋਂ ਪਹਿਲਾਂ ਦੋਸ਼ ਲਾਇਆ ਸੀ ਕਿ ਭਾਈ ਮੈਨੂੰ ਜਿਹੜਾ DSP ਸੀ ਉਸ ਵੇਲੇ ਦਲਜੀਤ ਸਿੰਘ ਢਿੱਲੋਂ, ਉਹਨੇ ਨਸ਼ੇ ਤੇ ਲਾਇਆ ਜੀ। ਉਹ ਮੈਨੂੰ ਹੈਰੋਇਨ ਦਿੰਦਾ ਸੀ, ਮੇਰਾ ਸਰੀਰਕ ਸ਼ੋਸ਼ਣ ਵੀ ਕਰਦਾ ਸੀ, ਤੇ ਮੈਨੂੰ ਇਹ ਵੀ ਆਂਦਾ ਸੀ ਕਿ ਆਪਣੇ ਨਾਲ ਕੁਝ ਹੋਰ ਕੁੜੀਆਂ ਲੈ ਕੇ ਆ, ਮੈਂ ਉਹਨਾਂ ਨੂੰ ਹੈਰੋਇਨ ਵੇਚਿਆ ਕਰੂੰਗਾ ਸਰਕਾਰੀ ਘਰ ਦੇ ਵਿੱਚੋਂ, ਤੇ ਤੈਨੂੰ ਫਿਰ ਮੈਂ ਮੁਫ਼ਤ ਦੇ ਦਿਆ ਕਰੂੰਗਾ ਕਿ ਪਾਈ ਵਾਲੇ ਤੂੰ ਫੱਟੇ ਚੱਕ ਦੇ। ਹੁਣ DSP ਢਿੱਲੋਂ ਬਰਖਾਸਤ ਕਰਤਾ, ਗ੍ਰਿਫ਼ਤਾਰ ਕਰ ਲਿਆ, ਜਿਹੜਾ ਰਿਮਾਂਡ ਤੇ ਭੇਜਤਾ, ਫਿਰ ਜੇਲ੍ਹ ਭੇਜਤਾ। ਅਜੇ 2-3 ਦਿਨ ਪਹਿਲਾਂ ਹੀ ਬਰਖਾਸਤ DSP ਢਿੱਲੋਂ, ਉਹਨਾਂ ਨੇ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ। ਪਟੀਸ਼ਨ ਪਾ ਕੇ ਕੀ ਆਖਿਆ ਜੀ, ਕਹਿੰਦੇ ਮੇਰੀ ਮਾਮਲੇ ਦੀ ਸਾਰੀ ਜਾਂਚ CBI ਤੋਂ ਕਰਾ ਲਓ। ਪੰਜਾਬ ਪੁਲਿਸ ਜਿਹੜੀ ਹੈ ਉਹਨੇ ਬਿਲਕੁਲ ਪੱਖਪਾਤੀ ਢੰਗ ਦੇ ਨਾਲ ਸਾਰਾ ਕੁਝ ਕੀਤਾ, ਠੀਕ ਢੰਗ ਦੇ ਨਾਲ ਨਹੀਂ ਕੀਤਾ, ਤੇ ਜੇ CBI ਮੇਰੀ ਜਾਂਚ ਕਰੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ। ਉਹ ਕਹਿੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੂ ਕਿ ਅਸਲ ਦੇ ਵਿੱਚ ਮੇਰੇ ਖਿਲਾਫ ਜਿਹੜੀ ਸਾਜਿਸ਼ ਕੀਤੀ ਹੈ ਰਾਣਾ ਗੁਰਜੀਤ ਸਿੰਘ ਨੇ ਕੀਤੀ ਹੈ, ਸਾਬਕਾ ਕੈਬਨਿਟ ਮੰਤਰੀ ਨੇ ਕੀਤੀ ਹੈ, ਹੋਰ ਕਿਸੇ ਨੇ ਨਹੀਂ ਕੀਤੀ। ਕਿਉਂਕਿ ਜਦੋਂ ਮੈਂ ਕਹਿੰਦੇ ਉਹਨਾਂ ਦੇ ਹਲਕੇ 'ਚ ਤੈਨਾਤ ਸੀ, ਮੈਨੂੰ ਕੁਝ ਉਹਨਾਂ ਨੇ 2-2.5-2 ਨੰਬਰ ਦੇ ਕੰਮ ਕਹਿ ਸੀ, ਤੇ ਮੈਂ ਉਹ ਕੰਮ ਜਿਹੜੇ ਕੀਤੇ ਨਹੀਂ, ਤੇ ਉਹਨਾਂ ਨੇ ਇਸੇ ਕਰਕੇ ਮੈਨੂੰ ਫਸਾਉਣ ਦਾ ਚੱਕਰ ਚਲਾ ਦਿੱਤਾ। ਚਲੋ, ਉਹ ਹਾਈਕੋਰਟ 'ਚ ਗਿਆ ਸੀ। ਹੁਣ ਇਹਨਾਂ ਦੇ ਹਾਈਕੋਰਟ ਜਾਣ ਤੋਂ ਥੋੜੇ ਦਿਨਾਂ ਦੇ ਬਾਅਦ ਹੀ NDPS ਐਕਟ ਤੇ ਜਬਰ ਜਨਾਹ ਦੇ ਤਹਿਤ ਚਲਾਨ ਜਿਹੜਾ DSP ਢਿੱਲੋਂ ਤੇ ਉਹਦੇ ਇੱਕ ਸਾਥੀ ਦੇ ਖਿਲਾਫ਼ ਕਰ ਦਿੱਤਾ, ਜਿਹਦਾ ਨਾਮ ਹੈ ਗੁਰਿੰਦਰ ਸਿੰਘ ਉਰਫ ਅਮਨ। ਹੁਣ DSP ਸਾਹਿਬ ਤਾਂ ਫੜੇ ਗਿਆ ਸੀ, ਅਮਨ ਉਸ ਵੇਲੇ ਫੜਿਆ ਗਿਆ ਜਦੋਂ ਦਿੱਲੀ ਏਅਰਪੋਰਟ ਦੇ ਉੱਤੇ ਫਲਾਈਟ ਲੈਣ ਦਾ ਯਤਨ ਕਰ ਰਿਹਾ ਸੀ, ਪਰ ਕਿਉਂਕਿ LOC ਜਾਰੀ ਕਰ ਦਿੱਤੀ ਗਈ ਸੀ ਕਿ ਪਾਈ ਇਹ ਕਿਸੇ ਵੀ ਏਅਰਪੋਰਟ ਤੋਂ ਦੇਸ਼ ਨਾ ਛੱਡ ਸਕੇ, ਇਸ ਕਰਕੇ ਕਾਬੂ ਉਹ ਵੀ ਆ ਗਿਆ। ਹੁਣ ਚਲਾਨ ਦੇ ਵਿੱਚ ਵੇਖਦੇ ਹਾਂ ਕਿ ਪੁਲਿਸ ਨੇ ਇਨਕੁਆਇਰੀ ਤੋਂ ਬਾਅਦ ਕਿੰਨੀਆਂ ਕੁ ਮਜ਼ਬੂਤ ਜਿਹੜੀਆਂ ਉਹ ਚੀਜ਼ਾਂ ਲਿਖੀਆਂ, ਕਿੰਨੇ ਕੁ ਚੰਗੇ ਤਰੀਕੇ ਦੇ ਨਾਲ ਉਹਨਾਂ ਨੇ DSP ਦਲਜੀਤ ਸਿੰਘ ਢਿੱਲੋਂ ਦੇ ਖਿਲਾਫ਼ ਜਿਹੜਾ ਕੇਸ ਤਿਆਰ ਕੀਤਾ, ਤੇ ਉਹਦੇ ਤੋਂ ਬਾਅਦ ਇਸ ਕੇਸ ਦਾ ਨਿਕਲੇਗਾ ਕੀ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੀ। ਬੜ ਸਾਹਿਬ, ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖਤੀ ਜੀ। ਸੁਖਨੈਬ ਜੀ, ਅੱਜ 2 ਤਰ੍ਹਾਂ ਦੀਆਂ ਚੋਣਾਂ ਦੀ ਨਾਮਜ਼ਦਗੀ ਪਰਚੇ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ, ਇੱਕ ਜ਼ਿਲ੍ਹਾ ਪ੍ਰੀਸ਼ਦ ਤੇ ਦੂਸਰੀਆਂ ਪੰਚਾਇਤ ਸਮਿਤੀਆਂ ਜਿਹਨੂੰ ਆਪਾਂ ਬਲਾਕ ਸਮਿਤੀ ਵੀ ਕਹਿ ਦਿੰਦੇ ਹਾਂ। ਇਹ ਜਦੋਂ ਸਿਲਸਿਲਾ ਸ਼ੁਰੂ ਹੋਇਆ, ਅੱਜ ਬਹੁਤ ਘੱਟ ਨਾਮਜ਼ਦਗੀ ਪਰਚੇ ਦਾਖਲ ਹੋਏ, ਕਿਉਂਕਿ ਪਹਿਲਾ ਦਿਨ ਸੀ 7 ਤਰੀਕ ਤੱਕ ਅਜੇ ਸਮਾਂ ਹੈਗਾ। ਪਰ ਇਹ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੋ ਗਈ ਕਿ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦਾ ਹੱਥ ਜਿਹੜਾ ਉਹ ਉੱਪਰ ਰਹਿ ਸਕਦਾ, ਸਗੋਂ ਖੁਦ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਆਖਣ ਲੱਗ ਪਏ ਕਿ ਭਾਈ ਕਾਂਗਰਸ ਪਾਰਟੀ ਦਾ ਸਾਨੂੰ ਲੱਗਦਾ ਕਿ ਹੱਥ ਇਸ ਸਾਰੀ ਪ੍ਰਕਿਰਿਆ 'ਚ ਉੱਪਰ ਰਹਿ ਜਾਣਾ। ਪਰ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਚਿੱਠੀ ਲੈ ਕੇ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਦੇ ਕੋਲੇ ਗਿਆ। ਉਹ ਕਹਿੰਦੇ ਜੀ 29 ਅਗਸਤ ਨੂੰ ਤੁਸੀਂ ਦੁਪਹਿਰੋਂ ਬਾਅਦ ਐਲਾਨ ਕੀਤਾ, ਮੁੜ ਕੇ 2-3 ਛੁੱਟੀਆਂ ਆ ਗਈਆਂ, ਸਰਕਾਰੀ ਦਫ਼ਤਰ ਲਗਾਤਾਰ ਬੰਦ ਰਹੇ, ਇਸ ਕਰਕੇ ਬਹੁਤੇ ਲੋਕ SC ਭਾਈਚਾਰੇ ਵਾਲਾ ਸਰਟੀਫਿਕੇਟ ਬਣਵਾਉਣ ਦੇ ਵਿੱਚ ਨਾਕਾਮਯਾਬ ਰਹੇ, ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਜੇ ਹੋ ਸਕਦਾ ਜ਼ਿਲ੍ਹਾ ਮੈਜਿਸਟਰੇਟ ਕਾਨੂੰਨ ਕੋ ਤੇ ਪਟਵਾਰੀਆਂ ਨੂੰ ਤੁਰੰਤ ਨਿਰਦੇਸ਼ ਕਰ ਦਿਓ ਕਿ ਜਿਹੜਾ ਬੰਦਾ ਜਿਸ ਵੇਲੇ ਐਪਲੀਕੇਸ਼ਨ ਦੇ ਕੇ ਜਾਂਦਾ 12 ਘੰਟਿਆਂ ਦੇ ਅੰਦਰ ਅੰਦਰ ਉਹਨੂੰ ਜਿਹੜਾ ਇਹ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇ। ਤੇ ਨਾਲ ਦੀ ਨਾਲ ਉਹ ਕਹਿੰਦੇ ਹਲਫੀਆ ਬਿਆਨ ਲੈ ਕੇ ਨਾਮਜ਼ਦਗੀ ਪਰਚੇ ਜਿਹੜੇ ਨੇ ਉਹ ਦਾਖਲ ਤਾਂ ਕਰਾਏ ਜਾ ਸਕਦੇ ਤੇ ਅਸੀਂ ਸਰਟੀਫਿਕੇਟ ਬਾਅਦ ਜਮ੍ਹਾਂ ਕਰਾ ਦਿਆਂਗੇ। ਇਲੈਕਸ਼ਨ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸੋਚਣ ਵਿਚਾਰਨ ਦਿਓ, ਮੈਂ ਕੁਝ ਇੱਕ ਸਲਾਹ ਮਸ਼ਵਰੇ ਜਿਹੜੇ ਆ
ਉਹ ਹੋਰ ਵੀ ਕਰਨੇ ਆ, ਇਹਦੇ ਤੋਂ ਬਾਅਦ ਹੀ ਕੰਮ ਅੱਗੇ ਤੁਰੇ। ਨਾਲ ਦੀ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਜਿਹਨਾਂ ਨੇ ਚਿੱਠੀ ਲਿਖੀ ਸੀ ਅਕਾਲੀ ਦਲ ਵੱਲੋਂ, ਉਹਨਾਂ ਨੇ ਇੱਕ ਨਵਾਂ ਕੰਮ ਕਹਿਤਾ। ਉਹ ਕਹਿੰਦੇ ਜੀ ਦੇਖੋ ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਅਸਲ ਦੇ ਵਿੱਚ ਉਹ ਕਹਿੰਦੇ ਕਿ ਸੱਤਾਧਾਰੀ ਧਿਰ ਨੇ ਬਹੁਤ ਕਾਹਲੀ ਕੀਤੀ, ਉਹਨਾਂ ਨੂੰ ਲੱਗਦਾ ਕਿ ਭਾਈ ਜਿੰਨੀ ਦੇਰ ਹੋਗੀ ਸਾਡੀ ਜਿੱਤ ਦੀ ਸੰਭਾਵਨਾ ਘੱਟ ਜਾਣੀ ਹੈ, ਇਸ ਕਰਕੇ ਉਹ ਕਹਿੰਦੇ ਆਪਣੇ ਹਿਸਾਬ ਦੇ ਨਾਲ ਲੱਗੇ ਰਹਿ, ਪਰ ਇਹ ਸਿੱਧੇ ਤੌਰ ਤੇ ਸਾਡੇ ਕਈ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚੋਂ ਬਾਹਰ ਰੱਖਣ ਦੀ ਚਾਲ ਹੈ ਕਿ ਭਾਈ ਜੇ ਉਹਨਾਂ ਦੇ ਸਰਟੀਫਿਕੇਟ ਨਹੀਂ ਬਣ ਗਏ ਤਾਂ ਉਹਨਾਂ ਨੂੰ ਇਸ ਚੋਣ ਪ੍ਰਕਿਰਿਆ ਦੇ ਵਿੱਚ ਜਿਹੜਾ ਉਹ ਹਿੱਸੇਦਾਰ ਆਪਾਂ ਕਿਵੇਂ ਬਣਾਵਾਂਗੇ। ਸੋ ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਲਾਤੇ ਦੋਸ਼ ਇਲੈਕਸ਼ਨ ਕਮਿਸ਼ਨ ਤੋਂ ਕਰ ਲਈ ਮੰਗ। ਇਸ ਮੰਗ ਦੇ ਬਾਅਦ ਦੇ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਕੀ ਗੱਲਾਂ ਬਾਤਾਂ ਕਰਦੀ ਹੈ, ਇਲੈਕਸ਼ਨ ਕਮਿਸ਼ਨ ਦਾ ਫੈਸਲਾ ਕੀ ਹੁੰਦਾ ਹੈ, ਕਿਉਂਕਿ SCPC ਨੇ ਵੀ ਪਿਛਲੇ ਦਿਨਾਂ ਦੇ ਵਿੱਚ ਕਈ ਬਿਆਨ ਦਿੱਤੇ ਸੀ ਉਹਨਾਂ ਦੇ ਪ੍ਰਬੰਧਕਾਂ ਨੇ, ਤੇ ਹੁਣ ਸਿੱਧੇ ਤੌਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਅਕਾਲੀ ਦਲ ਦੀ ਇਸ ਮੰਗ ਨੂੰ ਪ੍ਰਵਾਨ ਕਰਦਾ ਕਿ ਨਹੀਂ ਕਰਦਾ, ਇਹਦੇ ਉੱਤੇ ਵੀ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਉਹ ਟਿਕੀਆਂ ਹੋਈਆਂ ਨੇ ਜੀ। ਅੰਮ੍ਰਿਤਸਰ ਹਵਾਈ ਅੱਡੇ ਤੋਂ ਕਹਿੰਦੇ ਜੀ ਹੁਣ ਨਵੀਆਂ ਫਲਾਈਟਾਂ ਸ਼ੁਰੂ ਹੋਣਗੀਆਂ ਤੇ ਸਬਜ਼ੀ ਵੀ ਕਹਿੰਦੇ ਬਾਹਰਲੇ ਮੁਲਕਾਂ ਚ ਵਿਕਿਆ ਕਰੂ, ਐ ਨੀ ਪਤਾ ਭਵਾਨੀਗੜ੍ਹ ਵਾਲੀਆਂ ਮੂਲੀਆਂ ਉੱਥੇ ਸਿੱਧੀਆਂ ਬਰਮਿੰਘਮ ਪਹੁੰਚ ਜਾ ਕਰਨ। ਸੁਖਰਾਬ ਜੀ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਗੱਲਬਾਤ ਚੱਲ ਰਹੀ ਹੈ ਕਿ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁਝ ਐਸਾ ਪ੍ਰਬੰਧ ਕਰ ਦਿੱਤਾ ਜਾਵੇ ਜਿਹਦੇ ਨਾਲ ਕਿ ਪੰਜਾਬ ਦਾ ਫਰੂਟ ਤੇ ਪੰਜਾਬ ਦੀ ਤਾਜ਼ੀ ਜਿਹੜੀ ਸਬਜ਼ੀ ਹੈ ਉਹਨੂੰ ਵੱਖ ਵੱਖ ਦੇਸ਼ਾਂ ਤੱਕ ਪਹੁੰਚਦਾ ਕੀਤਾ ਜਾ ਸਕੇ, ਭਾਰਤ ਦੀ ਸਰਕਾਰ ਨੂੰ ਵੀ ਚਾਰ ਪੈਸੇ ਆਉਣਗੇ ਤੇ ਪੰਜਾਬ ਦੇ ਕਿਸਾਨਾਂ ਨੂੰ ਵੀ। ਗੱਲ ਕਦੇ ਸਿਰੇ ਲੱਗਦੀ ਹੁੰਦੀ ਹੈ ਕਦੇ ਨਹੀਂ, ਪਰ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਮਹੱਤਵਪੂਰਨ ਮਸਲਾ ਹੋ ਗਿਆ ਕਿ ਅੰਮ੍ਰਿਤਸਰ ਦਾ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਉਹਨੂੰ ਡਿਵੈਲਪ ਕਰਕੇ ਉਹਦਾ ਸਿਹਰਾ ਸਿਰ ਲੈਣ ਦੇ ਚੱਕਰਾਂ ਦੇ ਵਿੱਚ ਤਿੰਨ ਲੀਡਰ ਲੱਗੇ ਹੋਏ ਨੇ, ਤਿੰਨੋਂ ਮੈਂਬਰ ਪਾਰਲੀਮੈਂਟ ਨੇ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਉਹ ਵੀ ਅੰਮ੍ਰਿਤਸਰ ਦੇ। ਦੂਸਰੇ ਪਾਸੇ ਗੁਰਜੀਤ ਸਿੰਘ ਔਜਲਾ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਦੇ ਮੈਂਬਰ ਉਹ ਵੀ ਅੰਮ੍ਰਿਤਸਰ ਦੇ। ਤੀਸਰੇ ਪਾਸੇ ਵਿਜੇ ਸਾਂਪਲਾ ਸਾਹਿਬ ਪੰਜਾਬ ਦੇ ਵਿੱਚੋਂ ਭਾਜਪਾ ਦੇ ਕੋਟੇ ਚੋਂ ਮੰਤਰੀ ਨੇ ਹੈਗੇ, ਹੁਸ਼ਿਆਰਪੁਰ ਜਲੰਧਰ ਦੇ ਹੈ, ਪਰ ਉਧਰਲੇ ਪਾਸੇ ਵੀ ਉਹਨਾਂ ਨੇ ਕਈ ਵਾਰੀ ਕਿਹਾ ਕਿ ਭਾਈ ਮੈਂ ਇੰਨੇ ਕੁ ਪੈਸੇ ਜਿਹੜੇ ਆਪਣੇ ਕੋਟੇ ਦੇ ਵਿੱਚੋਂ ਦੇਣੇ ਚਾਹੁੰਦਾ। ਹੁਣ ਹਾਲਾਤ ਕੀ ਨੇ? ਹਾਲਾਤ ਇਹ ਨੇ ਕਿ ਇੱਦਾਂ ਦੀਆਂ ਗੱਲਾਂ ਬਾਤਾਂ ਵੀ ਚੱਲ ਪਈਆਂ ਕਿ ਤਿੰਨੋਂ ਬੰਦੇ ਸਿਰਾ ਤੇ ਲੈਣਾ ਚਾਹੁੰਦੇ ਆ ਪਰ ਜ਼ਮੀਨੀ ਪੱਧਰ ਦੇ ਉੱਤੇ ਕੰਮ ਘੱਟ ਕਰਦੇ ਆ। ਹੁਣ ਸ਼ਵੇਤ ਮਲਿਕ ਸਾਹਿਬ ਨੇ ਐਲਾਨ ਕਰ ਦਿੱਤਾ, ਉਹ ਕਹਿੰਦੇ ਅੰਮ੍ਰਿਤਸਰ ਤੋਂ ਬੈਂਕਾਕ ਤੇ ਅੰਮ੍ਰਿਤਸਰ ਤੋਂ ਗੋਆ ਦੇ ਲਈ ਸਿੱਧੀ ਫਲਾਈਟ ਦਾ ਰਾਹ ਪੱਧਰਾ ਹੋ ਗਿਆ। ਉਹਨਾਂ ਦੇ ਦਾਅਵੇ ਮੁਤਾਬਕ ਉਹ ਕਹਿੰਦੇ ਕਿ ਸਪਾਈਸ ਜੈੱਟ ਵਾਲਿਆਂ ਨੇ ਸਮਝੌਤਾ ਕਰ ਲਿਆ, 6 ਨਵੰਬਰ ਤੋਂ ਸਵੇਰੇ ਬੈਂਕਾਕ ਦੇ ਲਈ ਫਲਾਈਟ ਜਾਇਆ ਕਰੇਗੀ, ਤੜਕੇ 4 ਵਜੇ ਫਲਾਈਟ ਚੱਲਣੀ ਹੈ, 10:10 ਤੇ ਬੈਂਕਾਕ ਪਹੁੰਚ ਜਾਣੀ ਹੈ, 11:15 ਉੱਥੋਂ ਦੁਬਾਰਾ ਚੱਲਣੀ ਹੈ ਤੇ 2:10 ਦੇ ਉੱਤੇ ਦੁਪਹਿਰੇ ਇਹ ਫਲਾਈਟ ਜਿਹੜੀ ਹੈ ਉਹ ਵਾਪਿਸ ਅੰਮ੍ਰਿਤਸਰ ਜਿਹੜੀ ਅੱਪੜ ਜਾਇਆ ਕਰੇਗੀ। ਸਿਰਫ ਤੇ ਸਿਰਫ 16-17 ਹਜ਼ਾਰ ਰੁਪਈਆ ਜਿਹੜਾ ਕਿਰਾਇਆ ਆਉਣ ਜਾਣ ਦਾ ਰੱਖਿਆ ਗਿਆ। ਦੂਸਰੀ ਫਲਾਈਟ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਗੋਆ ਦੇ ਲਈ ਸ਼ੁਰੂ ਹੋਣੀ ਹੈ, ਉਹਦਾ ਕਿਰਾਇਆ ਵੀ ਸਿਰਫ 9,000 ਰੁਪਈਏ ਜਾਂ 10,000 ਰੁਪਈਏ ਰੱਖਿਆ ਗਿਆ, ਤੇ ਨਾਲ ਦੀ ਨਾਲ ਬਹੁਤ ਸਾਰੀਆਂ ਹੋਰ ਸਹੂਲਤਾਂ ਦੇਣ ਦਾ ਵੀ ਐਲਾਨ ਕੀਤਾ। ਤੇ ਸ਼ਵੇਤ ਮਲਿਕ ਸਾਹਿਬ ਨੇ ਇਹ ਵੀ ਕਹਿ ਦਿੱਤਾ, ਉਹ ਕਹਿੰਦੇ ਜੇ ਕਿਤੇ ਪੰਜਾਬ ਦੇ ਲੋਕਾਂ ਨੇ ਬੈਂਕਾਕ ਤੇ ਗੋਆ ਜਾਣ ਵਾਲੀ ਫਲਾਈਟ ਨੂੰ ਵੱਧ ਉਤਸ਼ਾਹ ਦਿੱਤਾ ਤਾਂ ਫਿਰ ਬੜੀ ਜਲਦੀ ਵੱਡੇ ਮੁਲਕਾਂ ਦੇ ਨਾਲ ਵੀ ਅਸੀਂ ਸੰਪਰਕ ਸਾਧਣ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਨਾਲ ਕਿ ਅੰਮ੍ਰਿਤਸਰ ਤੋਂ ਡਾਇਰੈਕਟ ਫਲਾਈਟਾਂ ਜਿਹੜੀਆਂ ਉਧਰਲੇ ਪਾਸੇ ਸ਼ੁਰੂ ਕਰਾਈਆਂ ਜਾ ਸਕਣ। ਜੀ ਵਟਸਐਪ ਟਿਕਟਾਂ ਦੀ ਵੰਡ ਦੇ ਵਾਸਤੇ ਕਾਂਗਰਸ ਦੇ ਕੋਲ ਫਾਰਮੂਲਾ ਜੀ ਨਵਾਂ, ਮੁਲਤਨ ਸਵਾਲ ਹੈ ਜਾਂ ਕੋਈ ਹੋਰ ਹੈ? ਇਹ ਮੁਲਤਨ ਮੋਦੀ ਸਾਹਿਬ ਵਾਲਾ, ਭਾਵੇਂ ਬਹੁਤੇ ਕਾਂਗਰਸੀ ਕਹਿੰਦੇ ਆ ਕਿ ਅਸੀਂ ਨਵੇਂ ਫਾਰਮੂਲੇ ਨਾਲ ਸਾਰਾ ਕੰਮ ਕਰਨ ਲੱਗਿਆ, ਪਰ ਮੈਨੂੰ ਲੱਗਦਾ ਕਿ 2014 ਦੇ ਵਿੱਚ ਜਿਹੜਾ ਫਾਰਮੂਲਾ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਸਾਹਿਬ ਨੇ ਭਾਰਤੀ ਜਨਤਾ ਪਾਰਟੀ 'ਚ ਲਾਗੂ ਕੀਤਾ ਸੀ, ਕਾਂਗਰਸੀ ਐਲਸੀ ਦੀ ਨਕਲ ਨੁਕਲ ਮਾਰ ਕੇ ਅੱਗੇ ਵਧਣ ਦਾ ਯਤਨ ਕਰ ਰਿਹਾ ਜੀ। ਹੁਣ ਮੱਧ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ, ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੋਟਾਂ ਪੈ ਕੇ ਨਤੀਜੇ ਆਉਣ ਦੀ ਸੰਭਾਵਨਾ, ਤੇ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਸੂਬਾ ਪ੍ਰਚਾਰ ਕਮੇਟੀ ਨੂੰ ਸਿੱਧੇ ਤੌਰ ਦੇ ਉੱਤੇ ਨਿਰਦੇਸ਼ ਦੇ ਦਿੱਤੇ ਕਿ ਤੁਸੀਂ ਅੱਗੇ ਚਿੱਠੀਆਂ ਪਾ ਦਿਓ ਚਾਰੇ ਪਾਸੇ ਕਿ ਜੇ ਇਸ ਬੰਦੇ ਕੋਲ ਫੇਸਬੁੱਕ ਦੇ ਉੱਤੇ 15,000 ਲਾਈਕਸ ਹੋਣਗੇ, ਜੇ ਇਸ ਬੰਦੇ ਦਾ ਟਵਿੱਟਰ ਤੇ ਖਾਤਾ ਹੋਏਗਾ 5,000 ਫੋਲੋਅਰ ਹੋਣਗੇ, ਕੇਵਲ ਉਹਨਾਂ ਹੀ ਲੋਕਾਂ ਨੂੰ ਟਿਕਟ ਦੇ ਲਈ ਵਿਚਾਰਿਆ ਜਾ ਸਕਦਾ, ਬਾਕੀਆਂ ਨੂੰ ਤਾਂ ਵਿਚਾਰਿਆ ਵੀ ਨਹੀਂ ਜਾਣਾ। ਚਲੋ ਹੁਣ ਇਹ ਵੀ ਗੱਲ ਮਹੱਤਵਪੂਰਨ ਹੈ ਕਿ ਜੇ ਕਿਤੇ ਕਾਂਗਰਸ ਪਾਰਟੀ ਨੇ ਇਹੀ ਫਾਰਮੂਲਾ ਲੋਕ ਸਭਾ ਦੀਆਂ ਚੋਣਾਂ 'ਚ ਅਪਣਾ ਲਿਆ ਤਾਂ ਇਸ ਵੇਲੇ 48 ਮੈਂਬਰ ਪਾਰਲੀਮੈਂਟ ਨੇ, ਜਿਹਨਾਂ ਦੇ ਵਿੱਚੋਂ 35 ਮੈਂਬਰ ਪਾਰਲੀਮੈਂਟਾਂ ਦੀਆਂ ਟਿਕਟਾਂ ਕੱਟ ਜਾਣੀਆਂ ਕਿ ਭਾਈ ਨਹੀਂ ਨਹੀਂ ਇਹਨਾਂ ਨੂੰ ਤਾਂ ਬਹੁਤ ਚੰਗੇ ਤਰੀਕੇ ਰੱਖਣਾ ਚਾਹੀਦਾ, ਇਹਨਾਂ ਨੂੰ ਕਦੇ ਤੋੜਨਾ ਭੰਨਣਾ ਵੱਢਣਾ ਨਹੀਂ ਚਾਹੀਦਾ। ਚਲੋ ਇਹਦੇ ਨਾਲ ਨਾਲ ਸਵਾਲ ਇਹ ਪੈਦਾ ਹੁੰਦਾ ਕਿ ਕਾਂਗਰਸ ਪਾਰਟੀ ਨੇ ਐਸਾ ਕਿਉਂ ਕੀਤਾ,
ਕਿਉਂਕਿ ਭਾਰਤੀ ਜਨਤਾ ਪਾਰਟੀ ਪਿਛਲੀ ਵਾਰੀ ਵੀ ਸੋਸ਼ਲ ਮੀਡੀਆ ਤੇ ਬਹੁਤ ਧਿਆਨ ਦਿੰਦੀ ਸੀ ਤੇ ਹੁਣ ਵੀ ਲਗਾਤਾਰ ਉਹ ਸੋਸ਼ਲ ਮੀਡੀਆ ਦੇ ਉੱਤੇ ਧਿਆਨ ਜਿਹੜਾ ਉਹ ਦੇਈ ਜਾਂਦੇ ਆ, ਜਦਕਿ ਕਾਂਗਰਸ ਪਾਰਟੀ ਇਧਰਲੇ ਪਾਸੋਂ ਥੋੜੀ ਜਿਹੀ ਊਣੀ ਹੈ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਕਿ ਇਸ ਸੂਬੇ ਦੇ ਵਿੱਚ ਸਿਰਫ ਤੇ ਸਿਰਫ ਜੇ ਆਪਾਂ ਮੋਟੇ ਤੌਰ ਦੇ ਉੱਤੇ ਲਾਈਏ ਤਾਂ ਕਾਂਗਰਸ ਪਾਰਟੀ ਦੇ 55 MLA ਨੇ। ਜੇ ਇਸੇ ਕ੍ਰਾਈਟੀਰੀਆ ਦੇ ਉੱਤੇ ਉਹਨਾਂ ਨੂੰ ਪੜ੍ਹ ਕੇ ਵੇਖਿਆ ਜਾਵੇ ਤਾਂ 1/3 ਜਿਹੜੇ MLA ਨੇ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨਹੀਂ। 17 ਵਿਧਾਇਕਾਂ ਦਾ ਟਵਿੱਟਰ ਅਕਾਊਂਟ ਹੈਗਾ ਪਰ ਉਹਨਾਂ ਦੇ ਵਿੱਚੋਂ ਬਹੁਤੇ ਕਦੇ ਕਦੇ ਹੀ ਉਹਦੇ ਉੱਤੇ ਟਵੀਟ ਕਰਦੇ ਆ। ਇਹਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਨੇ 5 ਮਹੀਨੇ ਪਹਿਲੇ ਇਸ ਸੂਬੇ ਦੇ ਵਿੱਚ ਆਪਣੇ ਲੀਡਰਾਂ ਨੂੰ ਕਹਿਤਾ ਸੀ ਕਿ ਭਾਈ ਸੋਸ਼ਲ ਮੀਡੀਆ ਤੇ ਆ ਜਾਓ। ਇਸੇ ਤਰੀਕੇ ਜੇ ਆਪਾਂ ਅਗਲੀ ਗੱਲ ਕਰ ਲਈਏ ਤਾਂ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਕਾਂਗਰਸ ਪਾਰਟੀ ਨੇ ਟਿਕਟਾਂ ਦੀ ਵੰਡ ਦੇ ਲਈ ਨਵਾਂ ਫਾਰਮੂਲਾ ਅਪਣਾ ਲਿਆ ਤਾਂ ਉਹਦੇ ਪ੍ਰਭਾਵ ਕੀ ਪੈਣਗੇ, ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਕਿਸੇ ਵੀ ਹਿੱਲੇ ਮੱਧ ਪ੍ਰਦੇਸ਼ ਨੂੰ ਜਿੱਤਣਾ ਚਾਹੁੰਦੀ ਹੈ ਤੇ ਮੱਧ ਪ੍ਰਦੇਸ਼ ਦੇ ਰਾਹੀਂ ਪੂਰਾ ਦੇਸ਼ ਜਿੱਤਣਾ ਚਾਹੁੰਦੀ ਹੈ। ਤੇ ਜੇ ਕਾਂਗਰਸ ਪਾਰਟੀ ਟਿਕਟਾਂ ਦੀ ਵੰਡ ਦੇ ਵਿੱਚ ਫੇਲ ਹੋ ਗਈ ਤਾਂ ਆਪਾਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਫਿਰ ਤਕਰੀਬਨ ਸਫਲਤਾ ਕਿਸੇ ਪਾਸੇ ਨੂੰ ਮਿਲਣੀ, ਫਿਰ ਕੰਮ ਜਿਹੜਾ ਫੇਲੀ ਰਲਾ ਲਗਾਤਾਰ ਚੱਲੀ ਜਾਊਗਾ। ਸੋ ਵੇਖਦੇ ਹਾਂ ਕਿ ਰਾਹੁਲ ਗਾਂਧੀ ਹੋਰਾਂ ਦੀ ਆਜ਼ਾਦ ਇਸ ਨਵੇਂ ਫਾਰਮੂਲੇ ਦੇ ਨਾਲ ਕਾਂਗਰਸ ਪਾਰਟੀ ਨੂੰ ਲਾਹਾ ਹੁੰਦਾ ਕਿੰਨਾ ਕਿ ਹੈ। ਜੀ ਮਾੜਾ ਸਾਹਿਬ ਇੱਕ ਬ੍ਰੇਕ ਲੈ ਲਈਏ ਜੀ, ਫਿਰ ਆਪਾਂ ਅਗਲੀ ਗੱਲ ਕਰਦੇ ਹਾਂ। ਜੀ ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ ਤੇ ਅਗਲੀ ਖਬਰ ਵੱਲ ਆਪਾਂ ਸਾਂਝ ਪਾਉਣ ਦਾ ਯਤਨ ਕਰਦੇ ਹਾਂ। ਵਟਸਐਪ ਦੇ ਨਾਲ ਤਾਲਮੇਲ ਬਣਿਆ ਹੋਇਆ। ਵਟਸਐਪ, ਹਰਿਆਣਾ ਦੇ ਵਿੱਚ ਰੇਤ ਦੀ ਨਜਾਇਜ਼ ਮਾਈਨਿੰਗ ਦਾ ਮਾਮਲਾ ਹੈ, ਉੱਥੇ ਵੀ ਇਹੀ ਕੁਛ ਹੋ ਰਿਹਾ ਜੀ, ਨਾਲੇ ਸਰਕਾਰ ਦੂਜੀ ਹੈ। ਸੁਖਨੈਪ ਜੀ, ਘੱਟ ਹੀ ਵੈਸੇ ਖਬਰਾਂ ਆਈਆਂ ਸੀ ਪਰ ਹੁਣ ਹੈਰਾਨੀਜਨਕ ਢੰਗ ਦੇ ਨਾਲ ਇਹ ਪਰਦੇ ਫਾਸ਼ ਹੋਣ ਲੱਗ ਪਿਆ ਕਿ ਭਾਈ ਜਿੱਥੇ ਜਿੱਥੇ ਰੇਤਾ ਹੈਗੀ ਆ ਉੱਥੇ ਉੱਥੇ ਕੋਈ ਨਾ ਕੋਈ ਬੰਦਾ ਏਦਾਂ ਦਾ ਹੈਗਾ ਜਿਹੜਾ ਸਾਰੇ ਕੰਮ ਕਾਰ ਜਿਹੜਾ ਕਰਾਈ ਜਾਂਦਾ। ਪਤਾ ਲੱਗਣਾ ਨਹੀਂ ਸੀ ਪੱਛਮੀ ਯਮੁਨਾ ਨਹਿਰ ਦੇ ਕੰਢੇ ਟੁੱਟ ਗਏ, ਭੁਰ ਗਏ, ਮਨ ਇਕਦਮ ਡਿੱਗ ਪਿਆ। 8 ਪਿੰਡਾਂ ਦਾ 2000 acres ਰਕਬਾ ਪਾਣੀ ਚ ਡੁੱਬ ਗਿਆ, 200 acres ਫਸਲ ਨੂੰ ਬਹੁਤ ਵੱਧ ਨੁਕਸਾਨ ਹੋਇਆ, 500 ਮਜ਼ਦੂਰ ਦੁਬਾਰਾ ਬੰਨ ਬਣਾਉਣ ਨੂੰ ਲਾਉਣੇ ਪਏ, ਅਜੇ ਤੱਕ ਪੂਰਾ ਬੰਨ ਬਣਿਆ ਨਹੀਂ, ਹਾਲਾਂਕਿ 1.5 ਹੋ ਗਿਆ ਟੁੱਟੇ ਨੂੰ। ਕਾਰਨ ਕੀ ਰਿਹਾ? ਹੁਣ ਲੋਕਾਂ ਨੂੰ ਪੁੱਛਿਆ ਤਾਂ ਕਹਿੰਦੇ ਕਾਰਨ ਸਿੱਧਾ ਪੱਧਰਾ ਕਿ ਕੁਝ ਇੱਕ ਠੇਕੇਦਾਰਾਂ ਨੇ ਅਧਿਕਾਰੀਆਂ ਦੇ ਨਾਲ ਮਿਲੀ ਭੁਗਤ ਕਰਕੇ ਇੱਥੋਂ ਨਜਾਇਜ਼ ਰੇਤਾ ਬਹੁਤ ਕੱਢੀ ਹੈ 1 crore ਰੁਪਈਏ ਦੀ, ਤੇ ਰੇਤਾ ਕੱਢ ਕੇ ਵੇਚ ਦਿੱਤੀ ਹੈ ਸਰਕਾਰ ਨੂੰ ਵੀ ਉਹਨਾਂ ਨੇ ਆਮਦਨ ਦਾ ਜਿਹੜਾ ਧੋਖਾ ਦਿੱਤਾ। ਤੇ ਦੂਸਰੇ ਪਾਸੇ ਹੋਰ ਵੀ ਕਈ ਗੱਲਾਂ ਬਾਤਾਂ ਕਹਿੰਦੇ ਜਿਹੜੀਆਂ ਸਾਹਮਣੇ ਆਉਂਦੀਆਂ, ਤੇ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਨਜਾਇਜ਼ ਮਾਈਨਿੰਗ ਵਾਲਿਆਂ ਨੇ ਨਹਿਰ ਦੇ ਕੰਢਿਓਂ ਵੀ ਇੰਨੀ ਕੁ ਰੇਤਾ ਚੁੱਕ ਲਈ ਸੀ ਜਿਹਦੇ ਕਰਕੇ ਕੰਢੇ ਭੁਰਭਰੇ ਹੋ ਗਏ, ਮਾੜੀ ਜਿਹੀ ਪਾਣੀ ਨੇ ਢਾਹ ਲਈ ਨਹੀਂ ਤਾਂ ਕੰਢਾ ਔ ਗਿਆ। ਹੁਣ 8 ਪਿੰਡਾਂ ਦੀ 2000 acres ਜ਼ਮੀਨ ਪਾਣੀ ਚ ਡੁੱਬੀ ਹੈ ਜੀ। ਹੌਲੀ ਹੌਲੀ ਭਾਵੇਂ ਪਾਣੀ ਘੱਟ ਰਿਹਾ ਪਰ ਇਹਦੇ ਬਾਵਜੂਦ ਵੀ ਪਿੰਡ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਦੀ ਮੰਗ ਕਰ ਰਹੇ 8 ਪਿੰਡਾਂ ਦੇ ਲੋਕ ਕਿ ਭਾਈ ਸਾਡਾ ਤਾਂ ਗੁਜ਼ਾਰਾ ਹੋਰ ਕਿਸੇ ਤਰੀਕੇ ਹੋਣਾ ਨਹੀਂ, ਤੂੜੀ ਸਾਡੀ ਭਿੱਜ ਗਈ, ਪਸ਼ੂ ਸਾਡੇ ਕਈ ਰੁੜ ਗਏ, ਘਰਾਂ ਦੇ ਵਿੱਚ ਕਈਆਂ ਦੇ ਕਿਉਂਕਿ ਨੀਵੇਂ ਘਰ ਸੀ ਉੱਥੇ ਪਾਣੀ ਭਰ ਕੇ ਬਹੁਤ ਸਾਰਾ ਕੱਪੜ ਲੱਤੜ ਭਾਂਦੜ ਟੀਂਡਰ ਸਾਰਾ ਕੁਝ ਖਰਾਬ ਹੋ ਗਿਆ। ਤੇ ਉਹ ਕਹਿੰਦੇ ਕਿਤੇ ਨਾ ਕਿਤੇ ਸਰਕਾਰ ਹੁਣ ਸਾਨੂੰ ਸਹਾਇਤਾ ਦੇਵੇ, ਗੱਲ ਤਾਂ ਬਣਦੀ ਹੈ ਜੀ। ਹੁਣ ਨਹਿਰ ਟੁੱਟਣ ਦੇ ਕਰਕੇ ਨੁਕਸਾਨ ਬੜਾ ਹੋਇਆ, 200 acres ਫਸਲ ਦਾ ਨੁਕਸਾਨ ਹੋਇਆ, ਉੱਥੇ ਗੰਨਾ ਵੀ ਸੀ, ਉੱਥੇ ਝੋਨਾ ਵੀ ਸੀ, ਹੋਰ ਵੀ ਕਈ ਤਰ੍ਹਾਂ ਦੀਆਂ ਫਸਲਾਂ, ਪਰ ਅਜੇ ਤੱਕ ਸਰਕਾਰ ਨੇ ਕਿਸੇ ਕਿਸਮ ਦੀ ਕੋਈ ਗਲਤੀ ਕਿਸੇ ਲੀਡਰ ਦੀ ਕੱਢੀ ਨਹੀਂ। ਤੇ ਲੀਡਰ ਦੀ ਗਲਤੀ ਨਾ ਕੱਢ ਕੇ ਉਹਨਾਂ ਨੇ ਹੁਣ ਸਿੱਧੇ ਤੌਰ ਦੇ ਉੱਤੇ ਇਹ ਗੱਲ ਸੋਚਣੀ ਵਿਚਾਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਕਿ ਆਖਿਰਕਾਰ ਗੱਲ ਜਾਏਗੀ ਕਿੱਧਰ ਨੂੰ। ਦੇਖੋ ਜੇ ਪੰਜਾਬ ਦੇ ਵਿੱਚੋਂ ਵੀ 2 number ਚ ਰੇਤਾ ਕੱਢੀ ਜਾਂਦੇ ਆ, ਹਰਿਆਣੇ ਚ ਵੀ ਕੱਢੀ ਜਾਂਦੇ ਆ, ਹਿਮਾਚਲ ਦੇ ਵਿੱਚ ਵੀ ਪਤਾ ਲੱਗਾ ਸੀ ਕਿ ਨਜਾਇਜ਼ ਮਾਈਨਿੰਗ ਧੜੱਲੇ ਨਾਲ ਚੱਲਦੀ ਆ, ਤਾਂ ਫਿਰ ਭਾਰਤ ਦਾ ਕਿਹੜਾ ਹਿੱਸਾ, ਭਾਰਤ ਦਾ ਕਿਹੜਾ ਟੋਟਾ ਨਜਾਇਜ਼ ਮਾਈਨਿੰਗ ਦੀ ਪ੍ਰਕਿਰਿਆ ਦੇ ਵਿੱਚੋਂ ਬਚਿਆ ਹੋਇਆ? ਦੇਖੋ ਅੱਜ ਤਾਂ ਹਰਿਆਣੇ ਦੀ ਨਹਿਰ ਟੁੱਟੀ ਹੈ ਨਾ, ਆਪਾਂ ਪਿਛਲੇ ਦਿਨ ਹੀ ਕਿਹਾ ਸੀ ਕਿ ਵੱਡੇ ਵੱਡੇ ਪੁਲਾਂ ਦੇ ਜਿਹੜੇ ਪਿੱਲਰ ਨੇ ਉਹਨਾਂ ਦੇ ਹੇਠੋਂ ਵੀ ਰੇਤਾ ਵਾਰ ਵਾਰ ਕੱਢੀ ਜਾਂਦੀ ਹੈ, ਕਿਤੇ ਨਾ ਕਿਤੇ ਉਹਨਾਂ ਪੁਲਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ, ਫੌਰੀ ਤੌਰ ਦੇ ਉੱਤੇ ਸਰਕਾਰਾਂ ਐਕਸ਼ਨ ਲੈਣ, ਗੱਲ ਤਾਂ ਬਣਦੀ ਹੈ ਜੀ। ਗੱਲ ਤਾਂ ਇਹੀ ਹੈ ਜੀ, ਫੌਰੀ ਤੌਰ ਤੇ। ਅੰਨਾ ਹਜ਼ਾਰੇ ਹੋਰ ਇਹ ਵੀ ਭੁੱਖ ਹੜਤਾਲ ਕਰਨਗੇ ਜੀ, ਕਹਿੰਦੇ ਕਿਹੜਾ ਵਰਜਨ ਹੈ ਇਹ? ਲੇਟੈਸਟ ਵਰਜਨ ਹੈ ਜੀ। ਹੁਣ ਇਹ 2 October ਤੋਂ ਕੰਮ ਸ਼ੁਰੂ ਹੋਣਾ ਹੈ, ਉਮੀਦ ਕਰਦੇ ਹਾਂ ਕਿ ਅੰਨਾ ਹਜ਼ਾਰੇ ਸਾਹਿਬ ਉਦੋਂ ਤੱਕ
ਬਿਲਕੁਲ ਸਿਹਤਯਾਬ ਰਹਿਣਗੇ, ਕਾਇਮ ਰਹਿਣਗੇ। ਦੋ ਮੰਗਾਂ ਨੇ ਕਹਿੰਦੇ ਮੇਰੀਆਂ, ਇੱਕ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰੋ, ਤੇ ਦੂਸਰਾ ਹਰ ਆਰਥਿਕ ਤੌਰ ਤੇ ਕਮਜ਼ੋਰ ਜਿਹੜਾ ਭਾਰਤ ਦਾ ਕਿਸਾਨ ਹੈ ਉਹਨੂੰ 5000 ਰੁਪਈਆ ਪ੍ਰਤੀ ਮਹੀਨਾ ਪੈਨਸ਼ਨ ਦਿਓ। ਹੁਣ ਅੰਨਾ ਹਜ਼ਾਰੇ ਸਾਹਿਬ ਇੱਕ ਵਾਰੀ ਉਦੋਂ ਧਰਨੇ ਤੇ ਬੈਠੇ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਸਿਆਸੀ ਲੀਡਰ ਦੇ ਰੂਪ ਚ ਨਿਕਲੇ। ਉਹਦੇ ਤੋਂ ਬਾਅਦ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਦਿੱਲੀ ਦੇ ਵਿੱਚ ਆ ਕੇ ਯੰਤਰ ਮੰਤਰ ਦੇ ਉੱਤੇ ਬਹਿ ਕੇ ਥੋੜਾ ਜਿਹਾ ਰੌਣਕ ਮੇਲਾ ਲਾਉਣ ਦਾ ਯਤਨ ਕੀਤਾ ਸੀ, ਪਰ ਲੋਕੀ ਐਤਕੀ ਇਹਨਾਂ ਦੀ ਟੋਪੀ ਵੇਖ ਕੇ ਬਹੁਤੇ ਜ਼ਿਆਦਾ ਆਕਰਸ਼ਿਤ ਨਹੀਂ ਹੋਏ। ਨਾਲ ਦੀ ਨਾਲ ਉਹਨਾਂ ਇਹ ਵੀ ਕਹਿ ਦਿੱਤਾ, ਕਹਿੰਦੇ 2 ਅਕਤੂਬਰ ਤੋਂ ਜਿਹੜੀ ਭੁੱਖ ਹੜਤਾਲ ਹੈ ਉਹ ਬਿਲਕੁਲ ਇਸੇ ਤਰੀਕੇ ਚਲੇਗੀ, ਲੰਬੀ ਚਲੇਗੀ, ਤੇ ਜਦੋਂ ਲੰਬੀ ਚੱਲੂਗੀ ਤਾਂ ਫਿਰ ਸਮਝ ਲੈਣਾ ਚਾਹੀਦਾ ਕਿ ਜਦੋਂ ਤੱਕ ਭਾਰਤ ਦੇ ਕਿਸਾਨਾਂ ਦਾ ਦੁੱਖ ਦਰਦ ਘਟਦਾ ਨਹੀਂ, ਭਾਰਤ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਫਸਲ ਦਾ ਪੂਰਾ ਭਾਅ ਨਹੀਂ ਮਿਲਦਾ, ਉਨੀ ਦੇਰ ਉਹ ਕਹਿੰਦੇ ਕਿ ਕੰਮ ਕਾਰ ਸਾਰੇ ਦੇ ਸਾਰੇ ਮੈਨੂੰ ਲੱਗਦਾ ਕਿ ਏਦਾਂ ਚੱਲਣੇ ਆ ਤੇ ਮੈਨੂੰ ਭੁੱਖ ਹੜਤਾਲ ਲਗਾਤਾਰ ਜਾਰੀ ਰੱਖਣੀ ਪੈਣੀ ਹੈ। ਹੁਣ ਇਹ ਅੰਨਾ ਹਜ਼ਾਰੇ ਸਭ ਕਿਸਾਨਾਂ ਲਈ ਖੜੇ ਹੋਏ ਨੇ, ਬਹੁਤ ਚੰਗਾ, ਪਰ ਇਹਨਾਂ ਨੂੰ ਤਾਂ 3 ਸਾਲ ਹੋ ਗਏ ਕਹਿੰਦਿਆਂ ਨੂੰ, ਤੇ ਭਾਈ ਜੀ ਅਜੇ ਵੀ ਜਿਹੜੀ ਸੂਬੇ ਦੀ ਸਰਕਾਰ ਹੈ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਮੈਨੂੰ ਪੂਰੀ ਰਾਹਤ ਨਹੀਂ ਦੇਣੀ, ਕਿਸਾਨਾਂ ਨੂੰ ਰਾਹਤ ਨਹੀਂ ਦੇਣੀ, ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਬਚਾਉਣਾ ਨਹੀਂ ਤੇ ਕੰਮ ਖਰਾਬ ਹੋ ਜੂ। ਉਹਨਾਂ ਨੇ ਕਿਹਾ ਸੀ ਕਿ ਮੈਂ 2000 ਕਿਲੋਮੀਟਰ ਲੰਬੀ ਯਾਤਰਾ ਕਰੂੰਗਾ ਵੱਖ ਵੱਖ ਸੂਬਿਆਂ ਚ ਨਿਕਲੂ, ਪਰ 2.5 ਸਾਲ ਹੋ ਗਏ ਉਹ ਯਾਤਰਾ ਅੱਜ ਤੱਕ ਅੰਨਾ ਹਜ਼ਾਰੇ ਸਾਹਿਬ ਨੇ ਕੱਢੀ ਹੋਈ ਨਹੀਂ। ਆਹ ਪਿਛਲੇ ਦਿਨ ਹੀ ਕਹਿੰਦੇ ਸੀ ਮੈਂ ਭੁੱਖ ਹੜਤਾਲ ਤੇ ਬਹਿ ਗਿਆ ਤਾਂ ਉੱਠਣਾ ਨਹੀਂ, ਪਰ 2 ਮੰਤਰੀਆਂ ਦੇ ਕਹਿਣ ਦੇ ਉੱਤੇ ਉੱਠ ਕੇ ਘਰੇ ਨੂੰ ਚਲੇ ਗਏ। ਪਰ ਐਤਕੀ ਜਿਹੜੀ 2 ਅਕਤੂਬਰ ਨੂੰ ਅੰਨਾ ਹਜ਼ਾਰੇ ਸਾਹਿਬ ਨੇ ਭੁੱਖ ਹੜਤਾਲ ਸ਼ੁਰੂ ਕਰਨੀ ਹੈ, ਸੁਖਨੈਬ ਜੀ ਉਹਦੇ ਵਿੱਚ ਇੱਕ ਬਹੁਤ ਵੱਡਾ ਫਰਕ ਹੈ। ਪਹਿਲਾਂ ਉਹ ਦਿੱਲੀ ਆ ਕੇ ਭੁੱਖ ਹੜਤਾਲ ਕਰਦੇ ਸੀ ਤੇ ਐਤਕੀ ਆਪਣੇ ਪਿੰਡ ਰਾਲੇਗਨ ਸਿੱਧੀ ਦੇ ਵਿੱਚ ਉਹਨਾਂ ਨੇ ਕੰਮ ਸ਼ੁਰੂ ਕਰਨਾ ਹੈ, ਤੇ ਜਦੋਂ ਉਹਨਾਂ ਨੇ ਆਪਣੀ ਭੁੱਖ ਹੜਤਾਲ ਉੱਥੋਂ ਕਰਨੀ ਹੈ ਤਾਂ ਫਿਰ ਵੇਖਦੇ ਹਾਂ ਕਿ ਜਿਹੜੀਆਂ ਸਾਡੀਆਂ ਸਮੇਂ ਦੀਆਂ ਸਰਕਾਰਾਂ ਉਹ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਕਿਹੋ ਜਿਹਾ ਹੁੰਗਾਰਾ ਦਿੰਦੀਆਂ, ਕਿਹੋ ਜਿਹਾ ਹੁਲਾਰਾ ਦਿੰਦੀਆਂ। ਪਰ ਅੰਨਾ ਹਜ਼ਾਰੇ ਸਾਹਿਬ ਵੀ ਤਿਲਕ ਜਾਂਦੇ ਨੇ ਬੜੀ ਛੇਤੀ, ਉਹਨਾਂ ਨੂੰ ਵੀ ਚਾਹੀਦਾ ਕਿ ਭਾਈ ਜੇ ਐਤਕੀ ਮੈਦਾਨ 'ਚ ਆਓ ਤਾਂ ਚੰਗੀ ਤਰ੍ਹਾਂ ਆਇਓ, ਜੇ ਐਵੇਂ ਥੋੜਾ ਜਿਹਾ ਮੈਦਾਨ ਦੇ ਵਿੱਚ ਆਓਗੇ ਤਾਂ ਲੋਕਾਂ ਦਾ ਭਰੋਸਾ ਤਾਂ ਤੁਹਾਡੇ ਤੋਂ ਪਹਿਲਾਂ ਵੀ ਹੌਲੀ ਹੌਲੀ ਉੱਠਦਾ ਜਾਂਦਾ, ਹੁਣ ਹੋਰ ਜ਼ਿਆਦਾ ਉੱਠ ਜੂ ਜੀ। ਔਰ ਇੱਧਰੋਂ ਅਵਤਾਰ ਸਿੰਘ ਮੱਕੜ ਹੋ ਰਿਹਾ ਜਿਹੜੇ ਅਕਾਲੀ ਦਲ ਦੇ ਉੱਤੇ, ਇਹ ਵੀ ਵਰ ਗਏ ਨੇ, ਕਹਿੰਦੇ ਡੋਲੀ ਗਏ ਆ ਵਧੇ ਤਾਂ ਕਿਹੜੇ। ਸੁਖਨੈਬ ਜੀ ਇਹ ਤਾਂ ਕਮਾਲ ਹੀ ਹੋਈ ਜਾਂਦੀ ਹੈ, ਸਭ ਤੋਂ ਪਹਿਲਾਂ ਜਥੇਦਾਰ ਤੋਤਾ ਸਿੰਘ, ਉਹਦੇ ਤੋਂ ਬਾਅਦ ਮੱਕੜ ਸਾਹਿਬ, ਫਿਰ ਉਹਦੇ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਸਾਹਿਬ, ਢੀਂਡਸਾ ਸਾਹਿਬ ਤੋਂ ਬਾਅਦ ਫਿਰ ਮੱਕੜ ਸਾਹਿਬ। ਇਹਦੇ ਨਾਲ ਨਾਲ ਆਪਾਂ ਜੇ ਗੱਲ ਕਰਨੀ ਹੋਵੇ ਤਾਂ ਥੋੜ੍ਹੀ ਬਹੁਤ ਸੁਖਦੇਵ ਸਿੰਘ ਭੌਰ ਸਾਹਿਬ ਦੀ ਵੀ ਕਰ ਸਕਦੇ ਹਾਂ, ਪਰ ਆਪਾਂ ਮੱਕੜ ਸਾਹਿਬ ਤੋਂ ਗੱਲ ਸ਼ੁਰੂ ਕਰਦੇ ਹਾਂ। ਦੇਖੋ ਮੱਕੜ ਸਾਹਿਬ ਕਿਸੇ ਵੇਲੇ ਬਾਦਲ ਪਰਿਵਾਰ ਦੇ ਬਹੁਤ ਖਾਸਮ ਖਾਸ ਬੰਦੇ ਸੀ, ਇਹਦੇ ਵਿੱਚ ਕੋਈ ਦੋ ਨਹੀਂ। ਉਹਨਾਂ ਨੂੰ ਗੁਰਚਰਨ ਸਿੰਘ ਟੌੜਾ ਸਾਹਿਬ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਲੰਬਾ ਸਮਾਂ ਪ੍ਰਧਾਨ ਰਹਿਣ ਦਾ ਮੌਕਾ ਮਿਲਿਆ ਬਾਦਲਾਂ ਕਰਕੇ ਮਿਲਿਆ ਜੀ। ਤੇ ਹੁਣ ਜੇ ਇਸ ਤਰੀਕੇ ਦੇ ਨਾਲ ਅਵਤਾਰ ਸਿੰਘ ਮੱਕੜ ਹੋਰਾਂ ਨੇ ਅਕਾਲੀ ਦਲ ਬਾਦਲ ਦੇ ਫੈਸਲਿਆਂ ਦੀ ਵਿਰੋਧਤਾ ਕਰਨੀ ਸ਼ੁਰੂ ਕੀਤੀ ਹੈ ਉਹ ਬੜੀ ਅਜੀਬੋ ਗਰੀਬ ਹੈ। ਉਹ ਕਹਿੰਦੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਦਾਂ ਦੀ ਵੀ ਗੱਲ ਹੋਏਗੀ, ਪਰ ਹੁਣ ਜਦੋਂ ਵਿਰੋਧਤਾ ਸ਼ੁਰੂ ਹੋ ਗਈ ਤਾਂ ਫਿਰ ਗੱਲ ਅੱਗੇ ਨੂੰ ਵੀ ਕਿਤੇ ਨਾ ਕਿਤੇ ਲੈ ਕੇ ਜਾਣੀ ਪਊ। ਹੁਣ ਕਹਿੰਦੇ ਨੇ ਸੁਖਦੇਵ ਸਿੰਘ ਢੀਂਡਸਾ, ਉਹ ਕਹਿੰਦੇ ਗਿਆਨੀ ਗੁਰਮੁਖ ਸਿੰਘ ਹੋਰਾਂ ਨੂੰ ਲਾਇਆ ਦੁਬਾਰਾ ਉਹ ਵੀ ਮਾੜਾ, ਗਿਆਨੀ ਗੁਰਬਚਨ ਸਿੰਘ ਨੂੰ ਅਜੇ ਤੱਕ ਲਾਇਆ ਨਹੀਂ ਉਹ ਵੀ ਮਾੜਾ, ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ। ਉਹ ਕਹਿੰਦੇ ਜੀ ਦੇਖੋ ਗੱਲ ਮੈਂ ਅੱਜ ਸਿੱਧੀ ਪੱਧਰੀ ਕਰਦਾ, ਪਰਸੋਂ ਵੀ ਕੀਤੀ ਸੀ, ਅੱਜ ਫੇਰ ਕਰ ਦਿੰਦਾ ਕਿ ਜੇ ਸਿੱਖ ਸੰਗਤਾਂ ਜਿਹੜੀਆਂ ਨਿਹੱਥੀਆਂ ਸ਼ਾਂਤਮਈ ਢੰਗ ਦੇ ਨਾਲ ਬੈਠੀਆਂ ਸੀ ਉਹਨਾਂ ਦੇ ਉੱਤੇ ਗੋਲੀ ਚਲਾ ਕੇ ਕੋਈ ਬਹਾਦਰੀ ਕੀਤੀ ਤਾਂ ਠੀਕ ਹੈ, ਪਰ ਉਹ ਕਹਿੰਦੇ ਨਾਲ ਦੀ ਨਾਲ ਕਿਤੇ ਨਾ ਕਿਤੇ ਵੀ ਦੱਸਿਆ ਜਾਵੇ ਕਿ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਭਾਵੇਂ ਸੱਤਾ ਦੇ ਵਿੱਚ ਨਹੀਂ, ਪਰ ਕਹਿੰਦੇ ਬਾਦਲ ਸਾਹਿਬ ਤੋਂ ਸਵਾਲ ਤਾਂ ਹੈਗਾ ਨਾ ਕਿ ਤੁਸੀਂ ਸ਼ਾਂਤਮਈ ਢੰਗ ਦੇ ਨਾਲ ਧਰਨੇ ਤੇ ਬੈਠੀ ਸਿੱਖ ਸੰਗਤ ਤੇ ਗੋਲੀ ਚਲਾਉਂਦੇ ਹੋ, ਤੇ ਦੂਜੇ ਪਾਸੇ ਡੇਰਾ ਸਿਰਸਾ ਦੇ ਮੁਖੀ ਦੀ ਫਿਲਮ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਵਿਖਾਉਣ ਦੇ ਲਈ ਤੁਸੀਂ ਕੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੰਦੇ ਹੋ ਕਿ ਭਾਈ ਅਸੀਂ ਸਾਰਾ ਹਮਲਾ ਫੈਨਾਂ 'ਚ ਬਿਠਾਉਂਦੇ ਹਾਂ, ਤੁਸੀਂ ਅੰਦਰ ਜਾ ਕੇ ਫਿਲਮ ਵੇਖੋ। ਉਹ ਕਹਿੰਦੇ ਉਹਨਾਂ ਦੇ ਉੱਤੇ ਅੱਜ ਤੱਕ ਜੇ ਬਾਦਲ ਸਾਹਿਬ ਦੀ ਸਰਕਾਰ ਨੇ ਕੋਈ ਡਾਂਗ ਉਹਨਾਂ ਦੇ ਇੱਕ ਵੀ ਮਾਰੀ ਹੋਵੇ, ਉਂਗਲ ਵੀ ਕੀਤੀ ਹੋਵੇ ਤਾਂ ਮੈਨੂੰ ਦੱਸਣ, ਗੱਲ ਉਹਨਾਂ ਦੀ ਕਾਫੀ ਹੱਦ ਤੱਕ ਜਾਇਜ਼ ਵੀ ਹੈ। ਅਗਲੀ ਗੱਲ ਉਹ ਕਹਿੰਦੇ ਵੀ ਆਪਣੇ ਆਪ ਦੇ ਵਿੱਚ ਸਪਸ਼ਟ ਜਿਹਾ ਹੀ ਮਸਲਾ ਹੈ ਕਿ ਸਭ ਨੂੰ ਪਤਾ ਸੀ ਕਿ ਗੋਲੀ ਕਿਹਨੇ ਚਲਾਈ ਹੈ, ਕਦੋਂ ਚਲਾਈ ਹੈ ਤੇ ਕਿਹਦੇ ਹੁਕਮਾਂ ਦੇ ਨਾਲ ਚਲਾਈ ਹੈ। ਉਹ ਕਹਿੰਦੇ ਜੀ ਇਹਦੇ ਬਾਵਜੂਦ ਵੀ ਆਪਾਂ ਉਧਰਲੇ ਪਾਸਿਓ ਅੱਖਾਂ ਮੀਚ ਕੇ ਰੱਖਾਂਗੇ ਤਾਂ ਬਹੁਤ ਔਖਾ ਹੋ ਜੂ। ਮੱਕੜ ਸਾਹਿਬ ਨੇ ਇੱਥੋਂ ਤੱਕ ਵੀ ਕਹਿਤਾ। ਉਹ ਕਹਿੰਦੇ ਕਿ ਮੈਨੂੰ ਹੈਰਾਨੀ ਦੀ ਗੱਲ ਹੈ, ਸਮਝ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਵੀਰ ਸਿੰਘ ਬਾਦਲ ਦੇ ਕਹੇ ਦੇ ਮੁਤਾਬਕ ਬਾਹਰ ਕਿਵੇਂ ਆ ਗਿਆ ਵਿਧਾਨ ਸਭਾ ਤੋਂ ਜੀ। ਉਹ ਕਹਿੰਦੇ ਦੇਖੋ ਪ੍ਰੋਟੋਕਾਲ ਕੀ ਕਹਿੰਦਾ, ਨਿਯਮ ਇਹ ਕਹਿੰਦੇ ਆ ਕਿ ਜਿੰਨੇ ਤੁਹਾਡੇ ਮੈਂਬਰ ਉਨੇ ਮਿੰਟ
14 ਮੈਂਬਰ ਕਹਿੰਦੇ ਅਕਾਲੀਆਂ ਦੇ ਸੀ, 14 ਮਿੰਟ ਦੇ ਦਿੱਤੇ, ਹੋਰ ਕਿਤੇ ਨੇ ਇਹਨਾਂ ਨੂੰ? ਇਹਦੇ ਨਾਲ ਨਾਲ ਕਹਿੰਦੇ ਆਮ ਆਦਮੀ ਪਾਰਟੀ ਦੇ 20 ਐਮ ਐਲ ਏ 20 ਮਿੰਟ ਉਹਨਾਂ ਨੂੰ ਮਿਲ ਗਏ। ਹੁਣ ਕਹਿੰਦੇ 14 ਮਿੰਟਾਂ ਦੇ ਵਿੱਚ ਤੁਸੀਂ ਕੁਝ ਤਾਂ ਦੱਸਦੇ, ਜਿਹੜਾ ਲਾਈਵ ਟੈਲੀਕਾਸਟ ਦੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਪਹੁੰਚਦੇ, ਤੁਸੀਂ ਤਾਂ ਮੈਦਾਨ ਖਾਲੀ ਛੱਡ ਕੇ ਸੱਜੇ ਖੱਬੇ ਹੋ ਗਏ। ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਜਿਹੜੀ ਸਪਸ਼ਟ ਕਰ ਦਿੱਤੀ, ਉਹ ਕਹਿੰਦੇ ਦੇਖੋ ਗੱਲ ਬੜੀ ਸਿੱਧੀ ਪੱਧਰੀ ਹੈ, ਜੇ ਉਦੋਂ ਸਖ਼ਤ ਐਕਸ਼ਨ ਲਿਆ ਹੁੰਦਾ, ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੁੰਦੀ, ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਸਾਰੇ ਦਿਨ ਜਿਹੜੇ ਉਹ ਨਹੀਂ ਸੀ ਵੇਖਣੇ ਪੈਣੇ। ਸੋ ਵੇਖਦੇ ਹਾਂ ਕਿ ਇੱਕ ਤੋਂ ਬਾਅਦ ਇੱਕ ਜਦੋਂ ਆਪਣੇ ਹੀ ਬੰਦੇ ਲਗਾਤਾਰ ਨਾ ਪੱਖੀ ਪ੍ਰਤੀਕਿਰਿਆਵਾਂ ਦੇਈ ਜਾਂਦੇ ਆ, ਤੇ ਉਹਦਾ ਆਖਿਰਕਾਰ ਨਤੀਜਾ ਜਿਹੜਾ ਉਹ ਨਿਕਲੇਗਾ ਕਿ ਅਕਾਲੀ ਦਲ ਨੂੰ ਉਹਦਾ ਕਿੰਨਾ ਕੁ ਜ਼ਿਆਦਾ ਹੋਏਗਾ ਨੁਕਸਾਨ। ਜੀ ਖੈਰੇ ਦੇ ਵਾਸਤੇ ਕਹਿੰਦੇ ਜੀ ਫੈਸਲਾ ਲੈਣ ਚ ਪੰਜਾਬ ਵਾਲੇ ਤਾਂ ਕਹਿੰਦੇ ਚੱਕ ਜੋ ਫੱਟੇ, ਤੇ ਦਿੱਲੀ ਵਾਲੇ ਕਹਿੰਦੇ ਜੀ ਹਜੇ ਖੜ ਜੋ ਦੇਖਦੇ ਆ। ਸੁਖਲੈਬ ਜੀ, ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਧੜੇ ਦੇ ਲੀਡਰਾਂ ਦੇ ਉੱਤੇ ਕੋਈ ਕਾਰਵਾਈ ਆਮ ਆਦਮੀ ਪਾਰਟੀ ਨੇ ਅਨੁਸ਼ਾਸਨ ਦਾ ਆਧਾਰ ਦੇ ਕੇ ਕਰਨੀ ਹੈ ਕਿ ਨਹੀਂ ਕਰਨੀ, ਆਉਣ ਵਾਲੇ ਸਮੇਂ ਨੇ ਦੱਸਣਾ ਹੈ। ਪਰ ਮੈਂ ਇੱਕ ਗੱਲ ਜਿਹੜੀ ਹੈ ਬਿਲਕੁਲ ਸਾਫ਼ ਰੂਪ ਦੇ ਵਿੱਚ ਕਹਿ ਦੇਣਾ ਚਾਹੁੰਦਾ ਕਿ ਭਗਵੰਤ ਮਾਨ ਸਾਹਿਬ ਦੇ ਲਈ ਸਿਆਸੀ ਪ੍ਰੀਖਿਆ ਵਾਲੀ ਘੜੀ ਹੈ। 20 ਦਿਨਾਂ ਦੇ ਵਿੱਚ ਵਿੱਚ ਭਗਵੰਤ ਮਾਨ ਸਾਹਿਬ ਦੀ ਲੋਕਪ੍ਰਿਯਤਾ ਦਾ ਪਤਾ ਲੱਗਣਾ ਹੈ ਜੀ, ਕਿੰਨੀ ਕੁ ਹੈਗੀ ਹੈ ਤੇ ਕਿੰਨੀ ਕੁ ਨਹੀਂ ਹੈਗੀ। ਹੁਣ ਇਸ ਵੇਲੇ ਜਿਹੜੇ ਹਾਲਾਤ ਬਣੇ ਪਏ ਨੇ, ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਪੰਜਾਬ ਇਕਾਈ ਦੇ ਲੀਡਰ ਚਾਹੁੰਦੇ ਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਬਾਹਰ ਕਰਤਾ ਜਾਵੇ, ਹਾਈਕਮਾਂਡ ਅਜੇ ਚਾਹੁੰਦੀ ਹੈ ਕਿ ਭਾਈ ਇੱਦਾਂ ਨਾ ਕਰੋ। ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਵੀ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ, ਜੇ ਇਸ ਮੌਕੇ ਦੇ ਨਾਲ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ ਜਿਹੜਾ ਕੋਈ ਨਾ ਕੋਈ ਲਾਭ ਹੋ ਸਕਦਾ। ਹੁਣ ਹਾਲਾਤ ਕੀ ਬਣ ਗਏ? ਹਾਲਾਤ ਇਹ ਬਣ ਗਏ ਕਿ ਇਸ ਵੇਲੇ ਭਗਵੰਤ ਮਾਨ ਸਾਹਿਬ ਇੱਕ ਫੈਸਲਾ ਲੈ ਕੇ ਆਪ ਹੀ ਸਿਆਸੀ ਤੌਰ ਤੇ ਧਰਮ ਸੰਕਟ 'ਚ ਫਸ ਗਿਆ। ਸੁਖਪਾਲ ਸਿੰਘ ਖਹਿਰਾ ਨੇ ਐਸਾ ਪੈਂਤਲਾ ਮੂਹਰਿਓ ਲਿਆ ਕਿ ਅੱਜ ਭਗਵੰਤ ਮਾਨ ਨਾ ਤਾਂ ਆਪਣਾ ਪੈਂਤਲਾ ਦੁਬਾਰਾ ਲੈਣ ਜੋਗੇ ਤੇ ਨਾ ਅਗਲੇ ਬੰਦੇ ਨੂੰ ਕੁਝ ਰੋਕਣ ਜੋਗੇ। ਹੁਣ ਭਗਵੰਤ ਮਾਨ ਸਾਹਿਬ ਦੇ ਧੜੇ ਨੇ ਕਿਹਾ ਸੀ ਅਸੀਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੀ ਪਾਰਟੀ ਦੇ ਨਿਸ਼ਾਨ ਤੇ ਲੜਨੀਆਂ, ਲੜੋ ਜੀ ਸੱਜ ਕੇ ਲੜੋ, ਇਸ ਗੱਲ ਦੀ ਆਪਸ਼ਨ ਹੈਗੀ ਹੈ। ਪਰ ਦੂਸਰੇ ਪਾਸੇ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਜੇ ਖਹਿਰਾ ਸਾਹਿਬ ਦੇ ਧੜੇ ਨੇ ਇਲੈਕਸ਼ਨ ਨਹੀਂ ਲੜਨੀ, ਭਗਵੰਤ ਮਾਨ ਦੇ ਧੜੇ ਨੇ ਇਲੈਕਸ਼ਨ ਲੜਨੀ ਹੈ, ਤਾਂ ਫਿਰ ਮੋਟੇ ਰੂਪ ਦੇ ਵਿੱਚ ਇਹ ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਭਗਵੰਤ ਮਾਨ ਸਾਹਿਬ ਦਾ ਧੜਾ ਜਦੋਂ ਉਮੀਦਵਾਰ ਖੜੇ ਕਰੂਗਾ, ਬਹੁਤੇ ਵਾਰਡਾਂ ਤੋਂ ਬੰਦੇ ਨਹੀਂ ਲੱਭਣੇ ਪੰਜਾਬ 'ਚ। ਇਹਦੇ ਨਾਲ ਨਾਲ ਹੁਣ ਕਈ ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੁੱਸੇ ਹੋ ਕੇ ਸੁਖਪਾਲ ਸਿੰਘ ਖਹਿਰਾ ਧੜੇ ਦੇ ਨਾਲ ਜਿਹੜੇ ਉਹ ਜੁੜੇ ਹੋਏ MLA ਨੇ ਉਹਨਾਂ ਦੇ ਹਲਕਿਆਂ ਦੇ ਵਿੱਚ ਜਾ ਕੇ ਬੰਦੇ ਅਸੀਂ ਕਿੱਥੋਂ ਲੱਭਣੇ ਆ? ਜਿਹੜੀਆਂ ਕੁਰਸੀਆਂ ਜਿਹੜੇ ਹਲਕੇ ਖਾਲੀ ਰਹਿ ਗਏ, ਪਹਿਲੀ ਹਾਰ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਦੀ ਉੱਥੇ ਹੋਣੀ ਹੈ। ਦੂਸਰੀ ਹਾਰ ਉਦੋਂ ਹੋ ਸਕਦੀ ਹੈ ਜਦੋਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਸੰਭਾਵਨਾ ਦੇ ਮੁਤਾਬਕ ਖਾਤਾ ਹੀ ਨਾ ਖੁੱਲੇ, ਜੇ ਬਹੁਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਕਿਉਂਕਿ ਖਹਿਰਾ ਸਾਹਿਬ ਨੇ ਤਾਂ ਕੋਈ ਬੰਦਾ ਨਹੀਂ ਖੜਾ ਕੀਤਾ, ਉਹ ਕਹਿੰਦੇ ਪਾਰਟੀ ਦੇ ਉਮੀਦਵਾਰਾਂ ਦੀ ਵਿਰੋਧਤਾ ਵੀ ਨਹੀਂ ਕਰਨੀ, ਇਸ ਕਰਕੇ ਭਗਵੰਤ ਮਾਨ ਸਾਹਿਬ ਇਸ ਵੇਲੇ ਕਸੂਤੇ ਫਸ ਗਏ। ਜੇ ਤਾਂ ਕੁਝ ਇੱਕ ਚੰਗੇ ਹਲਕੇ ਉਹ ਜਿੱਤਣ ਜਿਤਾਉਣ ਦੇ ਵਿੱਚ ਕਾਮਯਾਬ ਰਹਿੰਦੇ ਆ ਤਾਂ ਗੱਲ ਵੱਖਰੀ ਹੈ, ਤੇ ਜੇ ਜਿੱਤਣ ਜਿਤਾਉਣ ਦੇ ਵਿੱਚ ਕਾਮਯਾਬ ਨਹੀਂ ਰਹਿਣਗੇ ਤਾਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਵਾਲੇ ਧੜੇ ਨੂੰ ਇਹ ਬਹੁਤ ਵੱਡਾ ਝਟਕਾ ਹੋਣਾ ਹੈ। ਆਮ ਆਦਮੀ ਪਾਰਟੀ ਦੇ ਬਹੁਤੇ ਲੀਡਰ ਕਹਿੰਦੇ ਕਿ ਖਹਿਰਾ ਸਾਹਿਬ ਨੂੰ ਕੱਢ ਦਿਓ, ਉਹ ਬੰਦਾ ਵਰਕਰਾਂ ਦੇ ਵਿੱਚ ਵਿਚਿੱਤੀ ਪੈਦਾ ਕਰਦਾ ਹੈ, ਪਰ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਕੋਈ ਸਖ਼ਤ ਫੈਸਲਾ ਇਸ ਮੁੱਦੇ ਦੇ ਉੱਤੇ ਲੈਣ ਦੇ ਸਮਰੱਥ ਹੁੰਦੀ ਹੈ ਜਾਂ ਨਹੀਂ। ਬਾਟ ਸਾਹਿਬ, ਇੱਕ ਟੂਰਨਾਮੈਂਟ ਚੱਲ ਰਿਹਾ ਜੀ ਤੁਹਾਡੇ ਪਿੰਡਾਂ ਦੇ ਨੇੜੇ, ਕੀ ਮਾਹੌਲ ਹੈ? ਗੱਲ ਸੁਖਨੈਪ ਜੀ ਇਹ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਹੈ ਤੇ ਪਿੰਡ ਦਾ ਨਾਮ ਹੈ ਸੀਕਰੀ। ਜਦੋਂ ਹੁਸ਼ਿਆਰਪੁਰ ਤੋਂ ਆਪਾਂ ਕੁੜਮੁੜ ਟਾਂਡਾ ਨੂੰ ਜਾਂਦੇ ਹਾਂ ਤਾਂ ਸੱਜੇ ਹੱਥੇ ਪਿੰਡ ਆਉਂਦਾ ਜੀ। ਹੁਣ ਉਸ ਪਿੰਡ ਦੇ ਵਿੱਚ ਬੀਤੇ ਕੱਲ ਤੋਂ ਟੂਰਨਾਮੈਂਟ ਸ਼ੁਰੂ ਹੈ ਤੇ 6 ਤਰੀਕ ਤੱਕ ਲਗਾਤਾਰ ਚੱਲਣਾ, ਤੇ ਰੇਡੀਓ ਚੰਨ ਪ੍ਰਦੇਸੀ ਜਿਹੜਾ ਉੱਥੇ ਆਪਣੀਆਂ ਹਾਜ਼ਰੀਆਂ ਨਿੱਤ ਦਿਹਾੜੇ ਲਵਾ ਰਿਹਾ। ਆਸਟ੍ਰੇਲੀਆ ਤੋਂ ਰਾਕੇਸ਼ ਕੁਮਾਰ ਜੀ ਹੋਰੀ ਜਿਹੜੇ ਨੇ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਰੇਡੀਓ ਚੰਨ ਪ੍ਰਦੇਸੀ ਦੇ ਨਾਲ ਜੁੜੇ ਹੋਏ ਨੇ। ਅੱਜ ਭਾਵੇਂ ਹਲਕੀ ਹਲਕੀ ਬੂੰਦਾਬਾਂਦੀ ਵੀ ਹੋਈ, ਪਰ ਇਹਦੇ ਬਾਵਜੂਦ ਵੀ 58 ਤੇ 68 ਕਿਲੋ ਦੀਆਂ ਜਿਹੜੀਆਂ ਉਹ ਟੀਮਾਂ ਦੇ ਮੁਕਾਬਲੇ ਆਪਸ ਵਿੱਚ ਹੋਏ, ਇਕੱਠ ਚੰਗਾ ਸੀ। ਵਧੀਆ ਸੁਨੇਹੇ ਉੱਥੇ ਬੁਲਾਰਿਆਂ ਨੇ ਵੀ ਦਿੱਤੇ ਕਿ ਭਾਈ ਆਪਾਂ ਹੁਣ ਨਸ਼ਿਆਂ ਦਾ ਕੁੜ ਵੱਢੀਏ ਤੇ ਨਸ਼ੇ ਛੱਡੀਏ, ਜਿਹਦੇ ਨਾਲ ਫਿਰ ਸਿਹਤਮੰਦ ਸਮਾਜ ਦੀ ਸਿਰਜਣਾ ਜਿਹੜੀ ਕੀਤੀ ਜਾ ਸਕੇ। ਸੋ ਵੇਖਦੇ ਹਾਂ ਕਿ ਸਰਪੰਚ ਸੇਵਾ ਸਿੰਘ ਸੀਕਰੀ
अवतार सिंह सेखों ते बहुत सारे जिहड़े एन आर आई भरावां ने उस टूरनामेंट के लिए योगदान दिता है, पता नहीं किन्ने क दहाकियां तो चली आउंदा। उम्मीद है कि इसे तरीके ये मेला लगता रहेगा, रौनक लगदियां रहणगियां ते आउण वाले समय दे विच ये मेला जिहड़ा आस पास के पिंडां दे गभरूआं दे लई कुछ ना कुछ आदर्श स्थिति सिरजण दे विच कामयाब भी होगा। जी भट साहब एक ब्रेक लै लईए ते ब्रेक तो बाद आपां स्रोते सज्जणां दीआं कालां लवांगे जी, जाणांगे की कहना चाहते हैं साडे स्रोते किसी खास इशू दे उत्ते। सज्जनों तुसी सिर्फ एक मिनट बाद साडे नाल कॉल करके जुड़ सकते हो, वट्सएप दे नाल फिर गलबात सीधी कर सकते हो।